ਮਹਾਰਾਜ ਸਾਡੇ ਮਿੱਤਰ ਆ ਗਏ ਫਿਰ ਫਿਰ ਅੱਜ ਇਹਦੇ ਬਾਰੇ ਅਸੀਂ ਜ਼ਿਆਦਾ ਗੱਲਾਂ ਕਰਨੀਆਂ ਕਰੋ ਜੀ ਕਰੋ ਤੁਹਾਡੇ ਕੋਲ ਟਾਈਮ ਹੈਗਾ ਪੂਰਾ ਇਹ ਇੱਕ ਮਹੀਨੇ ਦੇ ਵਿੱਚ ਮੈਂ 7 ਖੜੇ ਮੈਂ ਮਸਦੀਕ ਦੇ ਮਗਰ ਦੇ ਮਹੀਨੇ 7 ਖੜੇ ਮੈਂ ਸਦੀਕ ਦੇ ਸੁਣੇ ਸੀ ਜਦੋਂ ਰਣਜੀਤ ਕੌਰ ਖੜ ਜਾਂਦੀ ਸੀ ਨਾ ਓਏ ਹੋਏ ਜਿਹੜੀਆਂ ਹੁਣ ਸਿਹਤਾਂ ਖਰਾਬ ਹੋ ਰਹੀਆਂ ਕਿਉਂ ਹੋ ਰਹੀਆਂ ਖਰਾਬ ਮੈਂ ਆ ਗਿਆ ਉੱਥੇ ਪਿਛਾੜੀ ਕਰਕੇ ਚਾਹ ਆ ਗਈ ਸਾਡੀ ਇਹ ਖੁਆੜਾ ਆ ਇਹ ਦੋ ਕੰਮ ਦੇ ਜਾਂਦਾ ਜੀ ਰਾਤ ਨੂੰ ਵੀ ਕੋਲੇ ਦੇ ਆਈਦਾ ਹਥਿਆਰ ਦਾ ਹਥਿਆਰ ਆ ਜਦੋਂ ਸੂਰਜ ਚੜ੍ਹਨਾ ਢੇਰ ਦੇ ਉੱਤੇ ਬਹਿ ਜਾਣਾ ਪੰਜਾਬੀ 'ਚ ਦੋ ਲਫ਼ਜ਼ ਆ ਤੇ ਆਓ ਹੁਣ ਬਾਬਿਆਂ ਨਾਲ ਕੀਤੀਆਂ ਦੇਸੀ ਗੱਲਾਂ ਦਾ ਆਨੰਦ ਮਾਣੀਏ ਕੀ ਸੇਵਾ ਕਰੀਏ ਵੀਰੋ ਫੋਟੋ ਕਰਨੀ ਆ ਜੀ ਆ ਜਾਓ ਫਿਰ ਮੈਂ ਤਾਂ ਇੱਦਾਂ ਖੜਾ ਨਾ ਇਹ ਉਹੀ ਜਗ੍ਹਾ ਆ ਜਿੱਥੇ ਬਾਬਿਆਂ ਨਾਲ ਗੱਲਾਂ ਕੀਤੀਆਂ ਸੀ ਠੰਡ ਅੱਜ ਬਹੁਤ ਸੀ ਪਰ ਥੱਲੇ ਮੈਂ ਤਿਆਰ ਆ ਇਦਾਂ ਦੀ ਗੱਲ ਨਹੀਂ ਹੈਗੀ ਆ ਦੇਖ ਤੁਹਾਡੇ ਲਈ ਫੋਟੋ ਲੈ ਰੈਡੀ ਹੋ ਗਿਆ ਕਿ ਨਹੀਂ ਆ ਕੱਪੜਿਆਂ 'ਚ ਪਛਾਣ ਲਿਆ ਦੂਰੋਂ ਆ ਜਾਓ ਕਰੀਏ ਤੁਹਾਨੂੰ ਪਹਿਲੇ ਕਰ ਦਿੰਦੇ ਹਾਂ ਮੈਂ ਮੁੜ ਕੇ ਫੇਰ ਉਹ 'ਚ ਝੁੱਲ 'ਚ ਵੜ ਜਾਣਾ ਮੈਂ ਫਿਰ ਆ ਜਾ ਬਈ ਮੇਰੀ ਕੱਲੇ ਦੀ ਆਧਾਰ ਕਾਰਡ ਤੇ ਲੈਣੀ ਆ ਮਹਾਰਾਜ ਸਾਡੇ ਮਿੱਤਰ ਆ ਗਏ ਫਿਰ ਮੇਰੇ ਮਿੱਤਰ ਆ ਗਏ ਫਿਰ ਹੁੰਦੀ ਗੱਲ ਵਧੀਆ ਬੜੀ ਕਿਰਪਾ ਮੈਨੂੰ ਜੁੱਤੀ ਪਾ ਲੈਂਦੇ ਹੋ ਮੈਂ ਨਾ ਉਦਾਂ ਹੀ ਬੈਠਾ ਸੀ ਗੱਡੀ 'ਚ ਠੀਕ ਆ ਉਹ ਜੱਟਾਂ ਦੇ ਮਾਈਆਂ ਦੇ ਜੁੱਤੀਆਂ ਜਿਹੜੀ ਹੋਇਆ ਠੀਕ ਹੀ ਆ ਮੈਨੂੰ ਆਦਾ ਤੂੰ ਗੱਲਾਂ ਮਾਰਨੀਆਂ ਸੀ ਚਾਰ ਮੈਨੂੰ ਜਿਹੜਾ ਕੁਛ ਵੇਹਣਾ ਮੇਰਾ ਕੋਈ ਯਾਰ ਬੈਠੀ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕੀਤੀਆਂ ਸੀ ਉਹ ਮੈਂ ਪਾ ਦਿੱਤੀਆਂ ਇੰਟਰਨੈਟ ਤੇ ਯੂਟਿਊਬ ਤੇ ਉਹ ਤਾਂ ਲੋਕਾਂ ਨੇ ਇੰਨੀਆਂ ਪਸੰਦ ਕੀਤੀਆਂ ਨਾ ਹਾਂਜੀ ਹਾਂਜੀ ਉਹ ਦੇਸੀ ਜਿਹਾ ਬੰਦਾ ਜਿਹੜਾ ਸਾਡਾ ਦੇਸੀ ਪਾਣੇ ਆ ਸਾਡੀ ਪੰਜਾਬੀ ਆ ਤਾਂ ਉਹਦੇ ਕੇ ਲੁਕੀ ਹੋਆ ਹਾਂਜੀ ਹਾਂਜੀ ਯਾਰ ਤੁਸੀਂ ਉਹ ਗਵਾ ਲਏ ਹਾਂਜੀ ਆਪਣੀ ਪਛਾਣ ਗਵਾਤੀ ਤੁਸੀਂ ਹਾਂਜੀ ਆਪਾਂ ਉਹ ਜਾ ਕੇ ਧੁੱਪੇ ਖੜਦੇ ਆ ਠੀਕ ਆ ਜੀ ਆਜਾ ਲੈ ਕੇ ਜਾ ਇਹ ਦਾ ਖਾਣਾ ਨਾਲੇ ਮੈਂ ਪਰੌਂਠੇ ਖਾਈ ਜਾਣਾ ਹਾਂਜੀ ਹਾਂਜੀ ਕਰਕੇ ਬਸ ਦੇਹਾਂ ਚੱਲ ਪਏ ਹੁਣ ਹਾਂ ਅਸੀਂ ਜਲੰਧਰ ਰਹਿੰਦੇ ਆ ਉਦੋਂ ਠੀਕ ਆ ਜੀ ਅੱਛਾ ਮੈਂ ਤਾਂ ਇੱਕ ਡੇਢ ਦਾ ਲੁਧਿਆਣੇ ਮਗਰ ਦੇ ਮਹੀਨੇ 7 ਖੜੇ ਮੈਂ ਸਦੀਕ ਦੇ ਸੁਣੇ ਸੀ ਸੁੱਚਾ ਸੂਰਮਾ ਪੂਰਾ ਜੀ ਮੈਨੂੰ ਬਹੁਤ ਪਸੰਦ ਸੁੱਚਾ ਸੂਰਮਾ ਆਪਣੇ ਥੋੜੇ ਵਾਂਗੂ ਇੱਥੇ ਲੱਗੇ ਕੋਟੀ ਸੇਖਾ ਉੱਥੇ ਵੀ ਰਾਤ ਨੂੰ ਅਸੀਂ ਖੜਾ ਵੇਖ ਕੇ ਆਏ ਮਾਘ ਬਾਅਦ ਚ ਆਉਂਦਾ ਪੋਹ ਤੋਂ ਹੁਣ ਚੱਲੀ ਜਾਂਦਾ ਅਗਲਾ ਮਾਘ ਮਗਰ ਦੇ ਮਹੀਨੇ ਚ 7 ਅਖਾੜੇ ਵੇਖੇ ਜੀ ਇੱਕ ਮਹੀਨੇ ਚ 7 ਅਖਾੜੇ ਮੁਹੰਮਦ ਸਦੀਕ ਹੋਰਾਂ ਦੇ ਇਹਨਾਂ ਨੇ ਦੇਖ ਲਏ ਤੁਸੀਂ ਮੇਰੇ ਪਿਆਰੇ ਸੱਜਣ ਪਛਾਣ ਲਏ ਨਾ
ਇੱਥੇ ਜਿੱਦਣ ਲੈ ਅਸੀਂ ਇੱਥੇ ਸ਼ੋਅ ਲਾਉਣ ਆਏ ਸੀਗੇ ਉਹ ਹਾਲ ਆ ਦਿਸਦਾ ਸਾਡੇ ਪਿੱਛੇ ਹਾਲ ਅਸੀਂ ਇੱਥੇ ਸ਼ੋਅ ਲਾਉਣ ਆਏ ਸੀ ਅਤੇ ਇਹ ਸਾਨੂੰ ਸੱਜਣ ਇੱਥੇ ਮਿਲ ਗਏ ਅਤੇ ਇਹ ਮੈਂ ਕਿਹਾ ਵੀ ਮੈਨੂੰ ਅੰਦਰ ਵੇਟ ਕਰਦੇ ਆ ਮੇਰੀ ਕਹਿੰਦੇ ਵੀ ਤੂੰ ਆ ਕੇ ਇੱਥੇ ਅਗਾਹ ਸਾਨੂੰ ਮਿਲ ਗਿਆ ਕਹਿੰਦੇ ਇੱਦਾਂ ਨਹੀਂ ਵੀ ਅਸੀਂ ਕਮਰੇ ਖੋਲ੍ਹ ਦੇਣੇ ਆ ਚਾਦਰਾ ਕੁੜਤਾ ਇੱਥੇ ਹੀ ਲਾਉਣਾ ਅਤੇ ਅਸੀਂ ਉੱਦਣ ਇੱਥੇ ਤਿਆਰ ਹੋ ਕੇ ਗਏ ਅਤੇ ਅੱਜ ਕੁਦਰਤੀ ਸਾਡਾ ਇਸ ਹਾਲ 'ਚ ਹੀ ਫੇਰਿਆ ਅਤੇ ਰੱਬ ਦੀ ਕਰਨੀ ਦੇਖੋ ਤੁਸੀਂ ਉਸ ਵੇਲੇ ਆ ਗਏ ਆ ਇਹ ਪ੍ਰੇਮ ਇਹ ਪ੍ਰੇਮ ਆ ਤੁਸੀਂ ਵੀ ਯਾਦ ਕੀਤਾ ਅਸੀਂ ਵੀ ਕੀਤਾ ਕੋਈ ਗੱਲ ਹੋਣੀ ਆ ਨਹੀਂ ਤਾਂ ਇੱਦਾਂ ਟਾਈਮਿੰਗ ਨਹੀਂ ਰਲਦੀ ਸਹੀ ਗੱਲ ਆ ਜੀ ਸਹੀ ਗੱਲ ਬੜੀ ਮਹਾਰਾਜ ਦੀ ਕਿਰਪਾ ਅਤੇ ਫਿਰ ਤੁਸੀਂ ਮੁਹੰਮਦ ਸਦੀਕ ਹੋਰਾਂ ਨੂੰ ਫਿਰ ਬਹੁਤ ਪਸੰਦ ਕਰਦੇ ਬਹੁਤ ਪਸੰਦ ਕਰਦੇ ਜਦੋਂ ਰਣਜੀਤ ਕੌਰ ਖੜ ਜਾਂਦੀ ਸੀ ਨਾ ਓਏ ਹੋਏ ਬਸ ਸਟੇਜ ਕਹਿੰਦਾ ਹੁਣ ਪੰਦਾ ਭੰਗੜਾ ਪਾਉਣ ਵਾਲੀ ਹੈ ਮੇਰੇ ਬਸ ਨਾ ਗੱਭਰੂਆ ਪੈਂਦੀ ਆ ਛਣਕ ਮੇਰੀ ਵੰਗ ਵਿੱਚ ਹਨਾ ਹਾਂ ਤੇ ਗੱਲ ਹੋ ਗਿਆ ਬਹੁਤ ਪਸੰਦ ਬਹੁਤ ਆ ਮੈਂ ਨਾ ਪੰਜਵੀਂ ਜਾਂ ਤੀਜੀ 'ਚ ਚੌਥੀ 'ਚ ਜਾਂ ਪੰਜਵੀਂ 'ਚ ਪੜ੍ਹਦਾ ਸੀ ਅਤੇ ਮੁਹੰਮਦ ਸਦੀਕ ਹੋਰੀ ਸਾਡੇ ਪਿੰਡ ਆਏ ਸੀ ਠੀਕ ਅਤੇ ਅਸੀਂ ਉੱਥੇ ਨਾ ਬਹਿ ਕੇ ਇਹਨਾਂ ਦਾ ਖਾੜਾ ਦੇਖਿਆ ਦੇਸੀ ਪੀਵਾਂਗੇ ਟੂਟੋ ਮਜ਼ਾਰੇ ਸਾਡੇ ਮਾਲਪੁਰ ਦੇ ਵਿੱਚ ਜਗ੍ਹਾ ਆ ਅਤੇ ਉੱਥੇ ਉਸ ਜਗ੍ਹਾ ਦੇ ਉੱਤੇ ਹਰੇਕ ਸਾਲ ਇੱਕ ਕਲਾਕਾਰ ਆਉਂਦਾ ਕੁਲਦੀਪ ਮਾਨ ਖੋਰੀ ਨਰਿੰਦਰ ਬੀਬਾ ਮੁਹੰਮਦ ਸਦੀਕ ਖੋਰੀ ਹਰੇਕ ਕਲਾਕਾਰ ਮੈਂ ਉੱਥੇ ਵੇਖਿਆ ਜਿੱਥੋਂ ਮੇਰੀ ਪ੍ਰੇਰਣਾ ਬਣੀ ਕਿ ਮੈਂ ਗਾਇਕ ਬਣਾ ਮਨਮੋਹਨ ਭਾਜੀ ਨੇ ਜਾਂ ਸੁਖਤਾਰ ਨੇ ਅਤੇ ਇਸ ਵਾਰ 4 ਅਪ੍ਰੈਲ ਨੂੰ ਮੈਂ ਉੱਥੇ ਗਾ ਰਿਹਾ ਠੀਕ ਹੈ ਜੀ ਪਰ ਇਹਨੇ ਦਿੱਤਾ ਸਮਾਂ ਕਿੱਥੇ ਆਪਾਂ ਵੇਲੇ ਨੇ ਸੀ ਕਿੱਥੇ ਆਪਾਂ ਨੂੰ ਮੌਕਾ ਦਿੱਤਾ ਅੱਜ ਤੋਂ ਜਾਣੀ ਕਿ 35 ਸਾਲ ਪਹਿਲਾਂ ਮੈਂ ਉੱਥੇ ਕਲਾਕਾਰ ਦੇਖਦਾ ਸੀਗਾ ਤੇ ਅੱਜ ਮੈਂ ਐਤਕੀ ਮੈਂ ਪਿਛਲੇ ਸਾਲ ਭਾਜੀ ਨੇ ਗਾਇਆ ਸੀ ਆ ਕਰੋਨੇ ਤੋਂ ਪਹਿਲਾਂ ਫਿਰ ਤਾਂ ਆਏ ਨਹੀਂ 2 ਸਾਲ ਹੁਣ ਮੈਂ 4 ਅਪ੍ਰੈਲ ਨੂੰ ਉੱਥੇ ਗਾਉਣਾ ਠੀਕ ਚਾਹ ਫਿਰ ਪਾਉਣੀ ਸਾਨੂੰ ਮਿਸਤਰੀਆਂ ਦੇ ਨਾਲ ਮਿਸਤਰੀਆਂ ਸਾਨੂੰ ਪਤਾ ਲੱਗਾ ਉਹਨਾਂ ਨੇ ਗੁੱਜਾ ਜਿਹਾ ਕੱਢਿਆ ਉਹਨਾਂ ਨੇ ਪਾ ਪਿੰਡਾਂ ਦੇ ਨਾਲ ਪਤਾ ਹੀ ਨਹੀਂ ਲੱਗਣ ਦਿੱਤਾ ਕਹਿੰਦੇ ਜੀ ਉੱਥੇ ਦਾ ਮਾਣ ਕਾ ਰਿਹਾ ਅਸੀਂ ਤਾਂ ਚਪਾਲ ਬਣਾ ਲਿਆ ਮੈਂ ਨਾਲ ਦੇ ਨੂੰ ਕਿਹਾ ਵੀ ਆਪਾਂ ਨਹੀਂ ਜਾਣਾ ਕੰਮ ਤੇ ਆਪਾਂ ਮਾਰਨਾ ਠੱਠਾ ਠੱਠਾ ਕੀ ਮਾਰਿਆ ਅਸੀਂ ਕਿਹਾ ਯਾਰ ਨਹਿਰ 'ਤੇ ਕੰਮ ਕਰਦੇ ਸੀ ਅਸੀਂ ਕਿਹਾ ਯਾਰ ਤੂੰ ਸਹੀ ਦੱਸਿਆ ਹੀ ਨਹੀਂ ਸਾਨੂੰ ਤੁਹਾਡੇ 'ਚ ਤਾਂ ਸਾਡੇ ਆਪਦੇ ਸੀ ਅਸੀਂ ਕਹੀ ਤਾਂ ਉੱਧਰ ਫਿਰਦੇ ਰਹੇ ਇੱਧਰ ਫਿਰਦੇ ਰਹੇ ਫਿਰਦੇ ਰਹੇ ਮਾਣ ਅਸੀਂ ਕਹੀ ਤਾਂ ਨਹਿਰ ਦੂਜੀ 'ਤੇ ਚਲੇ ਗਏ ਕੱਸੀ 'ਤੇ ਬਣਾਉਂਦੇ ਸੀ ਠੇਕੇਦਾਰ ਨਾਲ ਪਿੰਡ ਦਾ ਬੰਦਾ ਠੇਕੇਦਾਰ ਸੀ ਆਪੇ ਉਹ ਵੇਹੂ ਕੇ ਗਿੜੇ ਬੁੜੇ ਖਾ ਕੇ ਮੁੜਿਆ ਅਸੀਂ ਕਿੱਥੋਂ ਲੱਭ ਗਏ ਅਸੀਂ ਤਾਂ ਬੈਠੇ ਖਾੜੇ 'ਚ ਗਿੜੇ ਬੁੜੇ ਖਾ ਕੇ ਮੁੜਿਆ ਅਸੀਂ ਆਰਾਮ ਨਾਲ ਵੇਖਿਆ ਅਸੀਂ ਉਹਨੂੰ ਝੂਠਾ ਕੀਤਾ ਅਸੀਂ ਕਿਹਾ ਵੀ ਮਹਾਰਾਜ ਮਹਾਰਾਜ ਦੀ ਕਿਰਪਾ ਸੀਗੀ ਥੋੜ੍ਹਾ ਜਿਹਾ ਹੈਗਾ ਗੱਲ ਮਾੜੀ ਮੋਟੀ ਆਉਂਦੀ ਸੀ ਬਹੁਤ ਜ਼ਿਆਦਾ ਵਧੀਆ ਉਹ ਵੀ ਕੁਲਦੀਪ ਮਾਨਕ ਦਾ ਵੀ ਵੱਖਰਾ ਰੰਗ ਕਲੀਆਂ ਉਦਾਂ ਦੀ ਆਵਾਜ਼ ਮੁੜ ਕੇ ਨਾ ਆਈ ਆ ਨਾ ਆਉਣੀ ਆ ਸਹੀ ਗੱਲ ਹੈ ਇੱਥੇ ਵੇਖ ਲਓ ਜੀ ਥੋੜੀ ਗੱਲ 'ਚ ਮੈਂ ਮਿੱਤੋਂ ਵਿੱਚ ਉਹ ਬੋਲ ਪੈਣਾ ਥੋੜੀ ਜਿਹੀ ਮੈਨੂੰ ਆਵਾਜ਼ ਨਹੀਂ ਨਹੀਂ ਲੈ ਦੱਸ ਗੱਲਾਂ ਇੱਥੇ ਜਦੋਂ ਲੁਹਾਣੇ ਲੱਗਾ ਹਾਂਜੀ ਪਹਿਲਾਂ ਜਦੋਂ ਖਾੜਾ ਲਾਇਆ ਬਸ ਨਾਲ ਫਿਰ ਕੁਛ ਨਹੀਂ ਸੀ ਇੱਥੇ ਇੱਕ ਜਗ੍ਹਾ ਸੀ ਛੋਟੀ ਜਿਹੀ ਤੇ ਅਸੀਂ ਉਸ ਟਾਈਮ ਦੇ ਉੱਤੇ ਮੂਹਰੇ ਬੈਠੇ ਸੀ ਥੋੜੇ ਸਾਜ਼ ਹੁੰਦੇ ਸੀ ਪਰ ਆਵਾਜ਼ ਹੀ ਇੰਨੀ ਸੋਹਣੀ ਸੀ ਨਾ ਆਵਾਜ਼ ਇੰਨੀ ਸੋਹਣੀ ਸੀ ਪਰ ਸਾਜ਼ ਵੀ ਉਹ ਵੱਜਦੇ ਸੀ ਹੁਣ ਤੁਸੀਂ ਭਲਾ ਗੁੱਸਾ ਹੀ ਕਰ ਜਾਓ ਜ਼ਿਆਦੇ ਆ ਸਾਜ਼ ਹੁਣ ਕੋਈ ਸਾਜ਼ ਖੜਕਾ ਜ਼ਿਆਦੇ ਹੁੰਦਾ ਸਾਨੂੰ ਸਮਝ ਨਹੀਂ ਲੱਗਦੀ ਜ਼ਿਆਦੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਜਿਹੜਾ ਲਾਈਵ 뮤직 ਹੁਣ ਤਾਂ ਹੀ ਅਸੀਂ ਲਾਈਵ ਗਾਣੇ ਆ ਤੇ ਸਟੇਜ ਤੇ ਯਾਰ ਕਿਸੇ ਬੱਲੇ ਬੰਦਾ ਹੌਲੀ ਕਰਕੇ ਵੀ ਗੱਲ ਵੀ ਇਹ ਗੁੱਸੇ ਵਾਲੀ ਨਹੀਂ ਗੱਲ ਇਹ ਅਸਲੀਅਤ ਆ ਹਾਂਜੀ ਸਾਨੂੰ ਸਾਜ਼ਾਂ 'ਚ ਦੱਬ ਹੋ ਜਾਂਦੀ ਚੀਜ਼ ਹਾਂਜੀ ਹਾਂਜੀ ਸਾਨੂੰ ਨੇ ਕੁਝ ਸੁਣਤਾ ਤਾਂ ਮੋਰਲੇ ਨੂੰ ਕੀ ਸੁਣਨਾ ਗੱਲ ਆ ਜੀ ਪਰ ਉਹ ਗਾਇਕ ਵੀ ਨਾ ਜਿਹੜੇ ਸੀਗੇ ਸਾਡੀ ਪੰਜਾਬੀ ਨੂੰ ਜ਼ਬਾਨ ਨੂੰ ਸਾਡੇ ਸੱਭਿਆਚਾਰ ਨੂੰ ਉੱਪਰ ਵੀ ਉਹੀ ਲੈ ਕੇ ਆਏ ਠੀਕ ਜੇ ਅਸੀਂ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਾਂਗੇ ਤਾਂ ਪੰਜਾਬੀ ਸਾਡੀ ਅੱਗੇ ਜਾਊਗੀ ਹੁਣ ਕਹਿੰਦਾ ਦੂਜਾ ਪਾਣੀ ਥੋੜਾ ਰੱਖੀ 2 ਗਲਾਸੀਆਂ ਪਾਣੀ 4 ਜਣੇ ਆ ਮੈਨੂੰ ਨਿਗਾਹ ਬਹੁਤ ਜ਼ਿਆਦਾ ਆ ਆਹ ਪਰਸੋਂ ਮੇਰੇ ਉੱਥੇ 4 ਦਿਨ ਅੱਖ ਬੰਦ ਰਹੀ ਅੱਜ ਹੀ ਖੋਲ੍ਹੀ ਇੱਥੇ ਮੇਰੇ ਲੱਕੜ ਵੱਜ ਗਈ ਇੱਥੇ ਮੁੜਕ ਕੇ ਲੱਕੜ ਵੱਜ ਗਈ 4 ਦਿਨ ਬੰਦ ਰਹੀ ਅੱਜ ਹੀ ਖੋਲ੍ਹੀ ਆ ਉਹੀ ਚੀਜ਼ ਆ ਹਾਂਜੀ
ਆਹ ਦੇਖ ਲਓ ਮੈਂ ਜਿਹੜਾ ਤੁਹਾਨੂੰ YouTube ਤੇ ਦਿਖਾਇਆ ਸੀਗਾ ਨਾ ਆਹ ਸਾਡੀ ਸਾਊਂਡ ਵੱਜਦੀ ਸਾਡੀ ਤਾਂ ਆਵਾਜ਼ ਹੀ ਨਹੀਂ ਸੁਣਦੀ ਹੋਣੀ ਵਿੱਚ ਹੁਣ ਇਹਦੇ ਪਿੱਛੇ ਜਾਵੇ ਆਪਣੇ ਕੋਲੇ ਇਹਦੇ ਪਿੱਛੇ ਪੱਠੇ ਵੀ ਰੱਖ ਹੋ ਜਾਣੇ ਆ ਇਹਦੇ ਪਿੱਛੇ ਸਭ ਕੁਝ ਆ ਜਾਣਾ ਆ ਲੈ ਜੀ ਆਹ ਦੇਖੋ ਦੁੱਧ ਜਿਹੜੀ ਸਾਡੀ ਚਾਹ ਬਣਨੀ ਆ ਆਹ ਹੁੰਦਾ ਪ੍ਰੇਮ ਮੈਂ ਘਰੋਂ ਥੋੜੋ ਕੁਝ ਲੈ ਕੇ ਆਇਆ ਦੁੱਧ ਚਾਹ ਵੀ ਬਣ ਜਾਣੀ ਆ ਮੈਂ ਚਾਹੇ ਦਿਲ ਮੰਗ ਲਵਾਂ ਉਹ ਵੀ ਕੱਢ ਕੇ ਤਲੀ ਤੇ ਰੱਖ ਦੇਣਾ ਇਹਨਾਂ ਨੇ ਪ੍ਰੇਮ ਚ ਜਾਨ ਬਹੁਤ ਆ ਬਿਲਕੁਲ ਤੁਸੀਂ ਬੜੀ ਇੱਜ਼ਤ ਕੀਤੀ ਸਾਨੂੰ ਸਾਰੇ ਕਮਾਤਾ ਇਹ ਮੈਂ ਹੁਣ ਇਹ ਫੇਰ YouTube ਤੇ ਜਾਣੀ ਆ ਮੈਂ ਉਹਦਾ ਹੈਡਿੰਗ ਪਾਇਆ ਸੀਗਾ ਬਾਬਿਆਂ ਨਾਲ ਦੇਸੀ ਗੱਲਾਂ ਠੀਕ ਤੇ ਉਹ ਵਧੀਆ ਬਹੁਤ ਜ਼ਿਆਦਾ ਪਸੰਦ ਕੀਤਾ ਲੋਕਾਂ ਨੇ ਅੱਜ ਇਹਦਾ ਕੀ ਪਾਉਂਗੇ ਇਹ ਦੱਸੋ ਦੱਸੋ ਤੁਸੀਂ ਦੱਸੋ ਨਹੀਂ ਮੈਨੂੰ ਮੈਂ ਤਾਂ ਅਨਪੜ੍ਹ ਬੰਦਾ ਹਾਂਜੀ ਬਾਬਿਆਂ ਨਾਲ ਕੀਤੀਆਂ ਦੇਸੀ ਗੱਲਾਂ ਤੇ ਦੇਸੀ ਚਾਹ ਠੀਕ ਆ ਦੇਸੀ ਗੱਲਾਂ ਤੇ ਦੇਸੀ ਚਾਹ ਠੀਕ ਆ ਛੱਡ ਕੇ ਦੇਸੀ ਚਾਹ ਨੂੰ ਲੱਗ ਗਏ ਰੈੱਡ ਬੁੱਲ ਤੇ ਕਹਿੰਦੀ ਪਤਲੀ ਹੋਣਾ ਭੱਜਦੀ ਟ੍ਰੈਡ ਮਿਲ ਤੇ ਭਾਰਤ ਤਾਂ ਹੀ ਲੋਕਾਂ ਦੇ ਵੱਧ ਗਏ ਐਕਸਰਸਾਈਜ਼ ਹੈ ਨਹੀਂ ਹਾਂਜੀ ਤੋ ਤੁਸੀਂ ਕੀ ਸੋਚਦੇ ਆ ਇਹੀ ਗੱਲ ਆ ਅਸੀਂ ਤਾਂ ਕਹਿੰਦੇ ਆ ਸਾਡਾ ਨਹੀਂ ਵਾਦਾ ਉਹ ਸਾਡਾ ਸਾਰੀ ਘੜੀ ਮੈਂ 5 ਵਜੇ ਇੱਥੇ ਚਾਹ ਬਣਾ ਕੇ ਪੀ ਕੇ ਲੈਟਰ ਵਗੈਰਾ ਬਹਿ ਕੇ ਫਿਰ ਮੈਂ ਇੱਥੋਂ ਘਰੇ ਜਾਣਾ 6 ਵਜੇ ਦਾ ਭਜਾ ਦੇਣੀ ਮੈਂ ਇੱਥੇ ਤੇ ਫਿਰ 440 ਆ ਭਾਰ ਕਿੱਦਾਂ ਵੱਧ ਸਕਦਾ ਕਦੇ ਵੀ ਨਹੀਂ ਸਾਰੀ ਘੜੀ 400 ਇੱਧਰ ਪੱਠਿਆਂ ਨੂੰ ਹੋ ਗਿਆ ਉੱਧਰ ਝੋਟੀ ਵਾਲਾ ਹੋ ਗਿਆ ਕੱਟੀ ਖੋਲ ਲਈ ਉੱਧਰ ਹੋ ਗਿਆ ਇੱਧਰ ਨੂੰ ਹੋ ਗਿਆ ਬਾਹਰ ਨੂੰ ਚਲਾ ਗਿਆ ਨਹੀਂ ਤੁਹਾਡਾ ਤੁਹਾਨੂੰ ਕੀ ਲੱਗਦਾ ਕਿ ਜਿਹੜੀਆਂ ਹੁਣ ਸਿਹਤਾਂ ਖਰਾਬ ਹੋ ਰਹੀਆਂ ਕਿਉਂ ਹੋ ਰਹੀਆਂ ਖਰਾਬ ਹਾਂਜੀ ਇਸੇ ਕਰਕੇ ਆਂਦੀਆਂ ਨਵੇਂ ਦੀਆਂ ਕੁਝ ਕੰਮ ਨਹੀਂ ਕਰ ਰਿਹਾ ਕੋ ਸਾ ਮਾਰੀ ਜਨ ਸਕ ਅੱਗੇ ਦੇਖ ਲਓ ਵੀ ਜਦੋਂ ਨਸ਼ੇ ਆ ਗਏ ਮੈਂ ਆਪਣੇ ਜਿੰਨਾ ਸਾਡਾ ਪੈਲੀ ਹੱਦ ਹੈ ਹਾਂਜੀ ਮੇਰੇ ਇੱਕ ਇੱਕ ਪਿੰਡ ਦੀ ਮੈਥੋਂ ਪੈਲੀ ਜਿਹਦੀ ਮਰਜ਼ੀ ਪੁੱਛ ਲੇ ਵੀ ਜਿਵੇਂ ਆਪਣੀਆਂ ਇੱਥੇ ਲੁਹਾਰਾ ਲੱਗਦਾ ਇਹ ਲੁਹਾਰੇ ਵਾਲੇ ਨੇ ਮੈਨੂੰ ਪੁੱਛੇ ਮੇਰੇ ਪਿੰਡ ਦਾ ਬੰਦਾ ਵੀ ਕਿਹਦੀ ਪੈਲੀ ਲੱਗਦੀ ਆਪਣੀ ਹਾਂ ਵੀ ਫਰਦ ਚ ਕੀ ਪੈਂਦਾ ਹਾਂ ਹਾਂ ਵੀ ਕਿਹਦੇ ਨਾਲ ਲੱਗਦੀ ਹੈ ਤੇ ਕਾਹ ਆ ਕੇ ਦਸਾਂਜ ਆਪਣੇ ਦਸਾਂਜ ਆ ਗਈ ਦਸਾਂਜਾਂ ਨਾਲ ਕਿਹੜੇ ਬੰਦੇ ਦੀ ਪੈਲੀ ਲੱਗਦੀ ਹੈ ਇੱਥੋਂ ਲਿਆ ਕੇ ਮੋੜ ਕੇ ਜ਼ਬਾਨੀ ਜਾ ਦੇ ਆ ਇਥੋਂ ਹਾਂ ਉਹਨਾਂ ਦਾ ਮੈਂ ਦੱਸ ਦੂੰ ਵੀ ਆਪਣੇ ਪਿੰਡ ਦੀ ਉਧਰ ਦਸਾਂਜਾਂ ਵਾਲੀ ਪੈਲੀ ਆ ਇੱਧਰ ਆਪਣੇ ਬੰਦੇ ਦੀ ਫਲਾਣੇ ਦੀ ਪੈਲੀ ਆ ਲੱਗਦੀ ਹੈ ਉਹਦੀ ਹਾਂਜੀ ਅੱਛਾ ਇਹ ਫਿਰ ਖਵਾੜਾ ਆ ਹਨਾ ਹਾਂਜੀ ਇਹਦੇ ਨਾਲ ਦਰਾਤ ਤੋਂ ਉਤੋਂ ਵੱਢ ਕੇ ਆਹ ਲੈ ਜੀ ਦੇ ਲੱਕ ਲੁਕੜ ਤੇ ਇਹਨੂੰ ਫਿਰ ਤੁਸੀਂ ਚੰਡਦੇ ਆ ਕਿ ਤਿੱਖਾ ਕਰਦੇ ਆ ਤਿੱਖਾ ਵੀ ਕਰ ਲਈਦਾ ਚੰਡੀ ਰੇਤੀ ਨਾ ਹਾਂਜੀ ਰੇਤੀ ਆ ਰੇਤੀ ਆ ਪਾਇਲ ਇਹਨੂੰ ਕਹਿੰਦੇ ਆ ਐਕਸ ਇੰਗਲਿਸ਼ ਦੇ ਵਿੱਚ ਕਹਿ ਦਿੰਦੇ ਆ ਔਰ ਪੰਜਾਬੀ ਦੀ ਇੱਕ ਕਹਾਵਤ ਆ ਜੇ ਕੋਈ ਬੰਦਾ ਬਹੁਤ ਜ਼ਿਆਦਾ ਐਂਗਰ ਇਸ਼ੂ ਜਿਹਨੂੰ ਹੋਣ ਉਹਨੂੰ ਕਹਿ ਦਿੰਦੇ ਤੂੰ ਤਾਂ ਉਖੜਿਓ ਖਵਾੜੇ ਵਾਂਗੂ ਪੈਣਾ ਮਤਲਬ ਕੀ ਆ ਕਿ ਜੇ ਆ ਢਿੱਲਾ ਹੋਵੇ ਇੱਥੋਂ ਜੇ ਢਿੱਲਾ ਹੋ ਗਿਆ ਜਦੋਂ ਇਹਨੂੰ ਇਸ ਤਰ੍ਹਾਂ ਮਾਰਨਾ ਆ ਤਾਂ ਆਹ ਵਿੱਚੋਂ ਨਿਕਲ ਕੇ ਤੁਹਾਡੇ ਸਿਰ 'ਚ ਵੱਜ ਜਾਂਦਾ ਆ ਸੱਟ ਲੱਗ ਜਾਂਦੀ ਆ ਖਵਾੜਾ ਜੇ ਉਖੜ ਜਾਵੇ ਖਵਾੜਾ ਢਿੱਲਾ ਹੋਵੇ ਤਾਂ ਇਹਦੇ ਵਿੱਚੋਂ ਨਿਕਲ ਕੇ ਆਹ ਚੀਜ਼ ਜਿਹੜੀ ਮੈਟਲ ਦੀ ਆ ਇਹ ਤੁਹਾਡੇ ਸਿਰ 'ਚ ਵੱਜ ਸਕਦੀ ਜਾਂ ਕਿਸੇ ਦੇ ਵੱਜ ਸਕਦੀ ਆ ਤਾਂ ਪੰਜਾਬੀ 'ਚ ਕਹਿ ਦਿੰਦੇ ਆ ਜਿਹੜਾ ਬੰਦਾ ਹਰੇਕ ਨੇ ਪੰਗੇ ਲਈ ਜਾਵੇ ਨਾ ਕਹਿਣਾ ਉਖੜਿਓ ਖਵਾੜੇ ਵਾਂਗੂ ਪੈਂਦਾ ਇਹ ਖਵਾੜਾ ਆ ਇਹ ਦੋ ਕੰਮ ਦੇ ਜਾਂਦਾ ਜੀ ਰਾਤ ਨੂੰ ਵੀ ਕੋਲੇ ਦੇ ਆਈਦਾ ਹਥਿਆਰ ਦਾ ਹਥਿਆਰ ਆ ਠੀਕ ਹੈ ਨਾ ਹਥਿਆਰ ਤੋਂ ਬਗੈਰ ਕਿਤੇ ਇੱਥੇ ਚੋਰ ਆ ਗਏ ਅੱਛਾ ਚੋਰ ਆ ਗਏ ਤੇ ਮੈਂ ਵੀ ਉੱਤਰ ਆਇਆ ਫਿਰ ਇੱਥੋਂ ਡਰਦਾ ਡਰਦਾ ਮੈਂ ਘਾਟੀ ਆ ਵੀ ਜੇ ਕਹਿੰਦੇ ਮਾਰਨਾ ਤਾਂ ਮਾਰੀ ਦੇਵੇ ਜੇ ਰੱਬ ਦੀ ਜਦੋਂ ਵਧੀ ਆ ਤੇ ਕੌਣ ਮਾਰ ਦੂਗਾ ਮੈਂ ਆ ਕੇ ਉੱਥੇ ਪਿਛਾੜੀ ਕਰਕੇ ਆ ਗਈ ਸਾਡੀ ਲਿਆ ਵੇ ਲਿਆ 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 ਇਹ ਦੋਤਾ ਜੀ ਮੇਰਾ ਇਹ ਕੁੜੀ ਦਾ ਮੁੰਡਾ ਹੈ ਲਓ ਪੀਓ ਤੁਸੀਂ ਚਾਹ ਪੰਜਾਬੀ ਦੇ ਵਿੱਚ ਕਹਿ ਦਿੰਦੇ ਆ ਬਿਨ ਹਥਿਆਰੋਂ ਸੂਰਮਾ ਦੰਦੀ ਫੜਦਾ ਕਾ ਕਿ ਸੂਰਮਾ ਹਥਿਆਰ ਤੋਂ ਬਗੈਰ ਕਾਦਾ ਆ ਜੇ ਸੂਰਮੇ ਕੋ ਹਥਿਆਰ ਹੀ ਨਹੀਂ ਹੈ ਹਾਂਜੀ ਉਹ ਫੇਲ ਆ ਬਸ ਕੋਲੇ ਰੱਖਿਆ ਹੁੰਦਾ ਫਿਰ ਕਹਿੰਦੇ ਦੰਦਾਂ 'ਚ ਘਾ ਉਦਾਂ ਹੀ ਪਾਈ ਜਾਂਦਾ ਵੀ ਮੈਂ ਹੁਣ ਕੀ ਕਰਾਂ ਇਹ ਤੁਹਾਡਾ ਔਜ਼ਾਰ ਵੀ ਆ ਹਾਂਜੀ ਤੇ ਹਥਿਆਰ ਵੀ ਆ ਤੇ ਇਹ ਆਰੀ ਹਾਂਜੀ ਆਰੀ ਇਹਦੇ ਨਾਲ ਕੋਈ ਲੱਕੜ ਵਧੀ ਘਟੀ ਜਿਹੜੀ ਡੇਗ ਟੁੱਕ ਕੋਈ ਵੱਢ ਲਈਦੀ ਥੱਲੇ ਸਿੱਟ ਲਈਦੀ ਆ ਸਿਰ ਵੱਢਣਾ ਨਹੀਂ ਹੁੰਦਾ ਆਪਾਂ ਆਪਣੀ ਜ਼ਿੰਮੇਵਾਰੀ ਪੂਰੀ ਹੈ ਇੱਥੇ ਇਹ ਫਿਰ ਮੈਂ ਸਰਦਾਰ ਨੂੰ ਵੀ ਦੱਸਣਾ ਵੀ ਕਿਹੜੀ ਵੇਖੇ ਕੀ ਕਹਿ ਕੇ ਇਹਨੂੰ ਵੇਖੇ ਉਹਨਾਂ ਨੂੰ ਇਹੀ ਕਹਿਣਾ ਜਦੋਂ ਉਹਨਾਂ ਨੇ ਨਾ ਇੱਕ ਯੂਟਿਊਬ ਆ ਅੱਛਾ ਜੀ ਜਿਹਦੇ ਤੇ ਲੋਕ ਵੀਡੀਓ ਪਾਉਂਦੇ ਇਦਾਂ ਕਹਿ ਦਿਓ ਅੱਛਾ ਜੀ ਕਿਉਂਕਿ ਜਿੱਥੇ ਵੀਡੀਓ ਪਾਉਂਦੇ ਉੱਥੇ ਕਮਲ ਹੀਰ ਨੇ ਪਾਈ ਆ ਫਿਰ ਆਪੇ ਹੀ ਉਹਨਾਂ ਨੇ ਲੱਭ ਲੈਣੀ ਉਹ ਮੈਂ ਤੁਹਾਨੂੰ ਇੱਥੇ ਆ ਕੇ ਦਿਖਾ ਜਾਊਂ ਠੀਕ ਹੁਣ ਤਾਂ ਆਪਣਾ ਇਹ ਪੱਕਾ ਰਿਸ਼ਤਾ ਹੋ ਗਿਆ ਜਦ ਕਿਸੇ ਨਾਲ ਖਾ ਲਈ ਹੈ ਨਾ ਠੀਕ ਆ ਜੀ ਫਿਰ ਰਿਸ਼ਤਾ ਪੱਕਾ ਤਾਂ ਹੀ ਹੁੰਦਾ ਠੀਕ ਆ ਆਹ ਤਾਂ ਦੇਸੀ ਚਾਹ ਸਾਡੇ ਲਈ ਬਣੀ ਆ ਦੁੱਧ ਘਰੋਂ ਆਇਆ ਇਹ ਚੀਜ਼ਾਂ ਮਿਲਦੀਆਂ ਨਹੀਂ ਹੁਣ ਸਹੀ ਗੱਲ ਤੁਸੀਂ ਗੱਲ ਕਰਦੇ ਸੀ ਵੀ ਹੁਣ ਬਿਮਾਰੀਆਂ ਕਿਉਂ ਵਧੀਆਂ ਹਾਂਜੀ ਹਾਂਜੀ ਤਾਂ ਹੀ ਤੁਹਾਨੂੰ ਥੋੜੋ ਕੋ ਬਿਮਾਰੀ ਆ ਹੁਣ ਅਸੀਂ ਜੀ ਪਹਿਲਾਂ ਨਾ ਦਿਨ ਚੜ੍ਹਦੇ ਉਦੋਂ ਛੋਟੇ ਸਵੇਰੇ ਸੁਬਾਹ ਅਸੀਂ ਨੇਰੇ ਨੇਰੇ ਅਸੀਂ ਆ ਗੰਨੇ ਵੱਢ ਕੇ ਰੱਖਣੇ ਨੇ ਢੇਰ ਲਾ ਕੇ ਹਾਂ
ਜਦੋਂ ਸੂਰਜ ਚੜ੍ਹਨਾ ਸੂਰਜ ਚੜ੍ਹਨਾ ਨੇ ਢੇਰ ਦੇ ਉੱਤੇ ਬਹਿ ਜਾਣਾ ਅਤੇ ਚੋਟੀ ਦਾ ਗੰਨਾ ਅਸੀਂ ਉੱਤੇ ਬਹਿ ਕੇ ਮਿੱਠਾ ਮੁੱਠਾ ਵੱਧ ਹੋਊਗਾ। ਬਹੁਤ ਵਧੀਆ ਆ, ਮੈਨੂੰ ਵੱਧ ਘੱਟ ਦਾ ਕੋਈ ਸਮਾਂ, ਹੋਰ ਮਿੱਠੇ ਹੋ ਜਾਵਾਂਗੇ। ਅੱਛਾ ਜੀ, ਗੰਨੇ ਵੱਢ ਲੈਣੇ, ਗੰਨਾ ਵੱਢ ਕੇ ਢੇਰ ਲਾ ਲੈਣਾ। ਇੱਧਰਲੇ ਪਾਸੇ ਆ ਜਾ ਤੂੰ ਵੀ, ਆ ਜਾਓ ਆ ਜਾਓ ਮਹਾਰਾਜ। ਅਤੇ ਢੇਰ ਵੱਢ ਕੇ ਪਰ ਅਸੀਂ ਚੋਟੀ ਦਾ ਗੰਨਾ ਕੱਢਣਾ ਵਿੱਚ, ਆ ਜਾਓ। ਉਹ ਚੂਪ ਕੇ ਉਹ ਛੋਟੇ ਡਿੱਕ ਲਾ ਦਿੰਦਾ ਸੀ ਡਿੱਕ, ਹਾਂ ਵੀ ਮਤਲਬ ਰੋਟੀ ਦੀ ਭੁੱਖ ਨਹੀਂ ਰਹਿਣ ਦਿੰਦਾ ਸੀ, ਇੰਨਾ ਰਾਸ ਹੁੰਦਾ ਸੀ ਉਹ। ਫਿਰ ਅਸੀਂ ਚੂਪ ਕੇ ਅਤੇ ਫਿਰ ਅਸੀਂ ਛਿੱਲਣ ਲੱਗਣਾ, ਫਿਰ ਆਗ ਅਤੇ ਫਿਰ ਗੰਨਾ, ਇੰਨਾ ਜਾਣੀ ਰਾਸ ਸਾਰੇ ਦਿਹਾੜੀ ਡੋਰਾ ਭਰ ਕੇ ਪੀ ਲੈਂਦੇ ਸੀ। ਨਾ ਜੀ ਨਾ, ਉਹ ਚੁੱਪ ਹੀ ਜਾਣਾ, ਉਹ ਚੁੱਪ ਹੀ ਜਾਣਾ, ਚੁੱਪ ਹੀ ਜਾਣਾ ਗੰਨਾ ਉੱਥੇ ਚੂਪ ਕੇ। ਜਦੋਂ ਇੱਕ ਪੱਤ ਕੱਢਦੇ ਆ ਤਾਂ ਉਹਦੇ 'ਚ 64 ਕਿਲੋ ਰਸ ਪਾਉਂਦੇ ਆ ਗੰਨੇ ਦਾ, 4 ਪੀਪਿਆਂ ਦੀ ਇੱਕ ਪੱਤ ਹੁੰਦੀ ਆ। ਪੱਤ ਦਾ ਮਤਲਬ ਇੱਕ ਵੱਡਾ ਹੁੰਦਾ ਕੜਾਹਾ, ਉਹਨੂੰ ਕਹਿੰਦੇ ਆ ਕੜਾਹੀ, ਵੱਡੇ ਨੂੰ ਕੜਾਹਾ ਹੀ ਕਹਿ ਦੇਣਾ। ਉਹਦੇ 'ਚ 4 ਪੀਪੇ ਰਸ ਦੇ ਪਾਉਣੇ ਆ, 16 ਕਿਲੋ ਲੀਟਰ ਇੱਕ ਪੀਪੇ ਦੇ ਵਿੱਚ ਪੈਂਦਾ, 16 × 64 64 liters ਔਫ ਸ਼ੂਗਰ ਕੇਨ ਜੂਸ ਉਹਦੇ ਵਿੱਚ ਚੱਲ ਜਾਣਾ। ਅਤੇ ਉਹਨੂੰ ਫਿਰ ਥੱਲੇ ਅੱਗ ਬਾਲਣੀ ਆ, ਵੈਪੋਰੇਸ਼ਨ ਜਦ ਹੋਣੀ ਆ, ਭਾਫ਼ ਬਣ ਕੇ ਪਾਣੀ ਉੱਡ ਜਾਣਾ, ਫਿਰ ਸੋਲਿਡ ਪਦਾਰਥ ਜਿਹੜਾ ਰਹਿ ਜਾਂਦਾ ਉਹ ਗੁੜ ਹੁੰਦਾ। ਅਤੇ ਜਿਹੜਾ ਗੁੜ ਆ ਉਧਰਲੇ ਪਾਸੇ, ਹੁਣ ਗੁੜ ਇੰਨਾ ਪਿਓਰ ਵੀ ਨਹੀਂ ਮਿਲਣਾ ਲੋਕਾਂ, ਹੁਣ ਸਾਰੀਆਂ ਦਵਾਈਆਂ ਦੁਈਆਂ ਪਾ ਕੇ ਬਣਾਈ ਜਾਂਦੇ, ਨਾਲੇ ਖੰਡ ਪਾਈ ਜਾਂਦੇ ਵਿੱਚ। ਲੋਕ ਕਹਿੰਦੇ ਅਸੀਂ ਗੁੜ ਖਰੀਦ ਰਹੇ ਹਾਂ, ਮੈਂ ਕਿਹਾ ਖੰਡ ਸਸਤੀ ਆ, ਖੰਡ ਵਿੱਚ ਪਾ ਕੇ ਚਿੱਟਾ ਕਰੀ ਜਾਂਦੇ ਆ, ਹਾਂਜੀ ਹਾਂਜੀ, ਵਿੱਚ ਰੰਗ ਪਾਈ ਜਾਂਦੇ ਆ, ਫਿਰ ਬਿਮਾਰੀਆਂ ਹੋਣੀਆਂ, ਬਿਮਾਰੀਆਂ ਹੋਣੀਆਂ। ਆ ਫਿਰ ਸੱਬਲ ਆ, ਇਹ ਨਹੀਂ ਜੀ ਟੋਕਾ, ਇਹ ਮਾੜੇ ਮੋਟੇ ਇਹਦੇ ਨਾਲ ਵੱਢ ਲੈਂਦੇ। ਅੱਛਾ ਦਾਤ ਹੀ ਆਇਆ ਤਾਂ ਤੁਹਾਡਾ? ਹਾਂਜੀ ਹਾਂਜੀ, ਇਹ ਮੁੜ ਗਿਆ, ਮੁੜ ਗਿਆ, ਥੋੜਾ ਜਿਹਾ ਪਤਲਾ ਕਰ ਬੈਠੇ, ਜ਼ਿਆਦਾ ਕੁੰਡਾ ਕਰ ਦਿੱਤਾ, ਹਾਂ ਜ਼ਿਆਦਾ ਪਤਲਾ ਹੋ ਗਿਆ, ਸਾਨ ਤੇ ਲਾਤਾ, ਜ਼ਿਆਦਾ ਲੱਗ ਗਿਆ। ਕਿੰਜ ਰੇਤਣਾ ਕਿੰਜ ਸਾਂਭਣਾ ਇਹ ਹਥਿਆਰਾਂ ਨੂੰ, ਔਖੇ ਵੇਲੇ ਕਿੰਜ ਬਚਾਉਣਾ ਜਿਗਰੀ ਯਾਰਾਂ ਨੂੰ, ਕੁੰਡੀ ਮੁੱਛ ਤੇ ਕਾਲੀ ਗੁੱਤ ਦੀ ਯਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਇਹ ਦਾਤ ਆ, ਇਹਨੂੰ ਤਿੱਖਾ ਵੀ ਕਰਨਾ ਆਉਣਾ ਚਾਹੀਦਾ। ਆਵੇ ਲਾਉਂਦੇ ਆ ਜੀ ਉੱਥੇ, ਫਿਰ ਉਦੋਂ ਤਾਂ ਛੇਤੀ ਤੁਹਾਨੂੰ ਕਹਿ ਭੱਜ ਕੇ ਆਏ ਤਾਂ ਮੈਂ ਕਰਦਾ। ਇੱਥੇ ਰੇਤੀ ਸੀਗੀ, ਇਹਨੂੰ ਜੇ ਤੁਸੀਂ ਐਂ ਕਰੂੰਗੇ ਫਿਰ ਨਹੀਂ ਹੋਣਾ, ਇਹਨੂੰ ਇੱਥੇ ਪਸਾਉਣਾ ਪਹਿਲਾਂ, ਇੱਦਾਂ ਪਸਾ ਕੇ ਇਹਨੂੰ, ਆਹ ਰੇਤੀ ਆ ਨਾ, ਫਿਰ ਇੱਧਰ ਨੂੰ ਜਾਣਾ। ਪੰਜਾਬੀ 'ਚ 2 ਲਫ਼ਜ਼ ਆ, ਕਿ ਚੰਡਣਾ ਇੱਕ ਤਿੱਖਾ ਕਰਨਾ, ਆਹ ਜਿਹੜਾ ਗੰਡਾਸਾ ਆ ਇਹ ਚੰਡਿਆ ਆ, ਤੇਰਾ ਮਲਿਆ ਹੋਇਆ ਦੰਦਾਸਾ ਨਹੀਂ ਜਿਉਂ ਚੰਡਿਆ ਹੋਇਆ ਗੰਢਾਸਾ ਨਹੀਂ, ਮੇਰੇ ਸੀਨੇ ਦੇ ਨਾਲ ਖਹਿ ਗਿਆ ਤੇਰਾ ਕੋਕਾ ਕਰਕੇ ਧੋਖਾ ਨਹੀਂ ਦਿਲ ਲੈ ਗਿਆ। ਇਹ ਚੰਡਣਾ ਅਤੇ ਤਿੱਖਾ ਕਰਨਾ, ਰੇਤਣਾ ਇਹਨੂੰ ਰੇਤਣਾ ਕਹਿੰਦੇ ਆ, ਆ ਰੇਤ ਰਿਹਾ ਮੈਂ ਇਹਨੂੰ, ਇਹਨੂੰ ਰੇਤੀ ਕਹਿੰਦੇ ਆ, ਫਾਇਲ ਕੁੜੀਆਂ ਨਹਿ ਵੀ ਤਾਂ ਕਰਦੀਆਂ ਹੀ ਆ, ਲੋਕ ਨਹਿਾਂ ਨੂੰ ਵੀ ਲਾਉਂਦੇ ਆ ਹੁਣ। ਆਹ ਦੇਖੋ ਲੋਹਾ ਕਿੰਨਾ ਆ ਗਿਆ ਇੱਥੇ, ਆਹ ਸਾਰਾ ਲੋਹਾ ਆ ਹੁਣ, ਆਹ ਇੱਟਾਂ ਆ ਗਈਆਂ ਜੀ, ਹਾਂਜੀ ਇੱਟਾਂ ਆ ਗਈਆਂ, ਇਹ ਦੂਜਾ ਬਣਦਾ। ਕਹਿੰਦਾ ਮੇਰਾ ਤਾਂ ਉਹਦਾ ਇੱਟ ਕੁੱਤੇ ਦਾ ਬੈਰ ਆ, ਕਹਿੰਦਾ ਮੈਂ ਇੱਟਿਆ। ਇਹ ਫਿਰ ਬੋਤਲ ਦੇ ਵਿੱਚ ਲੈ ਕੇ ਆਨੇ ਚਾਹ, ਇਹ ਚਾਹ ਇਹਦੇ ਵਿੱਚ ਵੀ ਚਾਹ ਪਈ ਹੈ, ਇਹ ਵਾਲੀ ਹੈ ਨਾਲੇ ਗਰਮ, ਠੰਡੀ ਨਹੀਂ ਹੁੰਦੀ। ਆਹ ਦੇਖੋ ਬੋਤਲ ਥਰਮੋਸ, ਇਹਦੇ ਵਿੱਚ ਚਾਹ ਆ, ਇਹ ਫਿਰ ਠੰਡੀ ਨਹੀਂ ਹੋਣੀ ਜਿਸ ਵੇਲੇ ਕੰਮ ਕਾਰ ਲੱਗ ਪਿਆ ਕਰਨ, ਉਦੋਂ ਜਦੋਂ ਮਨ ਮੰਨਿਆ ਉਦੋਂ ਘੁੱਟ ਪੀ ਲੈਂਦੇ, ਫੇ ਗਰਮ ਹੋ ਜਾਂਗੇ। ਇਹ ਚਾਹ ਬਣਾਉਣੀ ਕੰਮ ਲੱਗਦਾ ਆ, ਬੰਦੇ ਨੇ ਕਹਿਣਾ ਯਾਰ ਹੱਲੇ ਚਾਹ ਬਣਾਉਣੀ ਪੈਣੀ ਆ, ਬਸ ਪਾਈ ਤੇ ਪੀ ਲਈ। ਹਾਂ ਪਾਈ ਤੇ ਪੀ ਲਈ। ਆਹ ਝੋਲਾ ਆ, ਆਹ ਜਿਹੜਾ ਬੈਗ ਆ ਨਾ, ਇਹਨੂੰ ਪੰਜਾਬੀ 'ਚ ਅਸੀਂ ਝੋਲਾ ਕਹਿੰਦੇ ਹਾਂ, ਝੋਲਾ ਆ ਇਹ, ਅਸਲੀ ਝੋਲਾ ਆ ਆ। ਮੈਂ ਜਦ ਸਕੂਲੇ ਪੜ੍ਹਦਾ ਸੀ ਨਾ ਤਾਂ ਮੇਰੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਸੀ ਇੱਦਾਂ ਦੇ ਝੋਲੇ 'ਚ ਹੁੰਦੀਆਂ ਸੀ, ਇਹ ਖਾਦ ਦਾ ਬੋਰਾ ਜਿਹੜਾ ਹੋਣਾ, ਜਿਹੜੇ ਖਾਦ ਦੇ ਬੋਰੇ ਹੁੰਦੇ ਸੀ ਨਾ, ਮੇਰੀਆਂ ਭੈਣਾਂ ਨੇ ਨਾ ਮੈਨੂੰ ਉਹਦਾ ਉਹਦਾ ਝੋਲਾ ਸੀ ਕੇ ਦੇਣਾ, ਅਤੇ ਮੈਂ ਉਹਦੇ ਵਿੱਚ ਕਿਤਾਬਾਂ ਪਾ ਕੇ ਪੜ੍ਹਨ ਜਾਂਦਾ ਹੁੰਦਾ ਸੀ ਸਕੂਲੇ। ਇਹਨੂੰ ਇਹਨੂੰ ਝੋਲਾ ਕਹਿੰਦੇ ਆ। ਇੱਦਾਂ ਹੀ ਜਿਹੜੇ ਸਾਡੇ ਦੁੱਖ ਸੁੱਖ ਆ ਨਾ, ਅਸੀਂ ਆਪਣੇ ਇੱਕ ਝੋਲੇ 'ਚ ਪਾ ਕੇ, ਕਈ ਬੰਦਾ ਕਹਿ ਦਿੰਦਾ ਬੰਦਾ ਮੇਰੀ ਜ਼ਿੰਦਗੀ ਇੱਦਾਂ ਦੀ ਆ, ਫਲਾਨੇ ਦੀ ਜ਼ਿੰਦਗੀ ਬਹੁਤ ਵਧੀਆ ਆ, ਇੱਦਾਂ ਲੋਕਾਂ ਨੂੰ ਬਹੁਤ ਆ ਕਈਆਂ ਨੂੰ। ਹਾਂਜੀ, ਮੈਂ ਕਹਿੰਦਾ ਹੁੰਦਾ ਜੇ ਤੂੰ ਆਪਣੇ ਦੁੱਖ ਸੁੱਖ ਕੇ ਝੋਲੇ 'ਚ ਪਾ ਕੇ ਵੇਚਣ ਚਲਾ ਗਿਆ ਨਾ, ਤਾਂ ਤਾਂ ਆਪਣੇ ਹੀ ਮੋੜ ਕੇ ਲੈ ਆਉਣੇ ਆ। ਮੈਂ ਕਹਿਣਾ ਮੈਂ ਨਹੀਂ ਕਿਸੇ ਦਾ ਹੋਰ ਦਾ ਝੋਲਾ ਲੈਣਾ, ਅਸੀਂ ਝੋਲਾ ਚੱਕੀ ਫਿਰਦੇ ਹਾਂ ਆਪਣਾ ਆਪਣਾ। ਹਾਂਜੀ ਹਾਂਜੀ, ਝੋਲਾ ਹੀ, ਆਪਣੀਆਂ ਮੁਸੀਬਤਾਂ ਦਾ ਵੀ ਝੋਲਾ ਹੀ ਚੱਕਿਆ ਆ ਅਸੀਂ, ਖੁਸ਼ੀਆਂ ਗਮੀਆਂ ਵੀ ਝੋਲੇ 'ਚ ਪਾ ਕੇ ਫਿਰਦੇ ਹਾਂ, ਸਾਰਾ ਕੁਝ ਉਸੇ 'ਚ ਲੈ ਕੇ ਜਾਂਦੇ ਹਾਂ। ਹੁਣ ਬੈਗ ਚੱਲ ਪਿਆ, ਹੁਣ ਕਹਿੰਦੇ ਬੈਗ ਪਾ ਲਿਆ ਗੱਲ 'ਚ, ਬਸ ਬਸ, ਇੱਕ ਅਗਲੇ ਨੂੰ ਦੁੱਖ ਸੁਣਾ ਦਿਓ ਅਗਲਾ ਪੰਡ ਮੋਹਰੇ ਸਿੱਟ ਦਿੰਦਾ। ਸਹੀ ਗੱਲ ਹੈ, ਝੋਲਾ ਪੁਰਾਣੇ ਬੁੜੀਆਂ ਦਾ ਝੋਲਾ। ਹਾਂਜੀ, ਮੈਂ ਮੇਰੇ ਮੇਰੀਆਂ ਕਿਤਾਬਾਂ ਇਹਦੇ ਇੱਦਾਂ ਦੇ 'ਚ ਹੁੰਦੀਆਂ। ਮੈਂ ਇੱਕ ਵਾਰੀ ਨਾ ਪਹਿਲੀ 'ਚ ਪੜ੍ਹਦਾ ਸੀ, ਨੇੜੇ ਆ ਜਾਓ,
ਪਹਿਲੀ ਜਾਂ ਦੂਜੀ 'ਚ ਪੜ੍ਹਦਾ ਸੀਗਾ ਅਤੇ ਸਾਡੇ ਟੀਚਰ ਹੁੰਦੇ ਸੀਗੇ ਉੱਜਲ ਜੀ, ਇੰਨਾ ਪਿਆਰੀ ਰੂਹ ਸੀ ਨਾ ਉਹ ਲੇਡੀ, ਇੰਨੀ ਪਿਆਰੀ ਰੂਹ ਅਤੇ ਉਹਨੇ ਸਾਨੂੰ ਪਿਆਰ ਬਹੁਤ ਕਰਨਾ। ਅਤੇ ਇੱਕ ਦਿਨ ਉਹ ਕਹਿੰਦੇ ਮੁੰਡਿਆਂ ਨੂੰ ਪੜ੍ਹਨਾ ਆਇਆ ਨਾ ਅਤੇ ਕਹਿੰਦੇ ਇਹਨਾਂ ਨੂੰ ਹਵਾ ਵੀ ਲਵਾ ਲਿਆ ਕਰੋ, ਹੁਣ ਤਾਂ ਕਿਹਾ ਵੀ ਪੜ੍ਹਿਆ ਵੀ ਕਰੋ ਘਰ ਜਾ ਕੇ। ਮੈਂ ਘਰ ਜਾ ਕੇ ਕਿਤਾਬਾਂ ਕੱਢ ਕੇ ਧੁੱਪੇ ਪਾ ਦਿੱਤੀਆਂ। ਸ਼ਬਲ ਵੀ ਕਹਿ ਸਕਦੇ ਆ, ਇਹਨੂੰ ਤੁਸੀਂ ਸਪੇਡ ਵੀ ਕਹਿ ਸਕਦੇ ਆ, ਇਹ ਪੁੱਟਣ ਲਈ ਹੁੰਦੀ ਆ ਜਗ੍ਹਾ, ਕੋਈ ਜ਼ਮੀਨ ਪੁੱਟਣੀ ਨਾ ਜਿੱਥੋਂ ਤਾਂ ਇਹਨੂੰ ਫਿਰ ਉੱਪਰੋਂ ਜਦ ਅਸੀਂ ਲੈ ਕੇ ਆਉਂਦੇ ਹਾਂ ਅਤੇ ਇਹ ਫਿਰ ਸਪੀਡ ਦੇ ਨਾਲ ਜਦ ਜਾਂਦੀ ਆ, ਸਪੀਡ ਦੇ ਨਾਲ ਐਨਰਜੀ ਉਹਦੀ ਕਾਇਨੈਟਿਕ ਜਿਹੜੀ ਕਹਿੰਦੇ ਹੁੰਦੇ ਐਨਰਜੀ, ਉਹ ਸਪੀਡ ਦੇ ਨਾਲ ਉਹਦਾ ਵੱਧ ਜਾਂਦਾ ਮੋਮੈਂਟਮ ਦੇ ਨਾਲ ਅਤੇ ਫਿਰ ਇਹ ਜ਼ਮੀਨ ਨੂੰ ਪੱਟਦੀ ਆ। ਇਹ ਵੀ ਖੁੰਡੀ ਕੀਤੀ ਉਹ ਇਹ ਕੁੜੀ ਜੀ ਪਾ ਆਪਣਾ ਪਸ਼ੂ ਰੱਖੇ ਆ ਉਹਦਾ ਗੋਹਾ ਗਾਹ ਪਿੱਛੇ ਕਾ ਹਟਾ ਦੇ ਖਾਣ ਅੱਜ ਗੋਹਾ ਹਟਾ ਲੈਦਾ ਹੁਣ ਉੱਥੇ ਕਰ ਮੇਰੀਆਂ ਯਾਦਾਂ ਤਾਜ਼ਾ ਹੋਈਆਂ। ਠੀਕ ਆ ਆ ਡੀਜ਼ਲ ਰੱਖਿਆ ਇਹ ਪੈਟਰੋਲ ਦੀ ਦੂਜਾ ਆਪਣਾ ਪੈਟਰੋਲ ਜਦੋਂ ਕਦੇ ਮੁੱਕ ਜਾਂਦਾ ਇਹ ਅਮਲੀ ਆ ਉਹ ਇਹਦੇ ਚ ਪਾਣਾ ਇਹ ਅਮਲੀ ਆ ਇਹ ਪਤਾ ਨਹੀਂ ਲੱਗਦਾ ਮੈਨੂੰ ਅਨਪੜ ਮੈਂ ਅਨਪੜ ਆ ਪਤਾ ਨਹੀਂ ਲੱਗਦਾ ਜੋ ਖੜ ਜਾਂਦਾ ਫਿਰ ਜੋ ਕੋਲੇ ਹੁੰਦਾ ਪਾ ਕੇ ਉੱਥੋਂ ਹੀ ਫੇਰ ਚੱਲ ਇਹ ਮੈਂ ਨਹੀਂ ਕਦੇ ਗੱਲ ਸੋਚੀ ਵੀ ਇਹ ਸੱਚੀ ਅਮਲੀ ਆ ਇਹ ਇਹ ਚਾਹੁੰਦਾ ਮੈਨੂੰ ਦਿਓ ਹੁਣ ਅਮਲੀ ਆ ਜੀ ਇੱਕ ਦਿਨ ਇੱਕ ਆਵੇ ਰਾਹ ਵਿੱਚ ਮੁੰਡਾ ਇਹਨਾਂ ਮੁੰਡਿਆਂ ਨੂੰ ਹਾਂਜੀ ਨਗਰੋਂ ਤੇ ਕੁੜੀ ਬੈਠੀ ਮੈਂ ਤਾਂ ਹੁਣ ਕੁੜੀ ਕਿ ਨਹੀਂ ਹਾਂ ਅਤੇ ਮੈਂ ਉਹਨਾਂ ਨੂੰ ਮੈਂ ਕਿਹਾ ਕਬੇੜਾ ਹੋਈ ਜਾਵੇ ਮੈਂ ਕਿਹਾ ਇੱਥੋਂ 3-2.5 ਕਿਲੋਮੀਟਰ ਅੱਗੇ ਪੰਪ ਆ ਮੈਂ ਕਬੇੜਾ ਹੋਈ ਜਾ ਮੇਰਾ ਇੱਥੇ ਪਊਆ ਡਾਇਆ ਹੁੰਦਾ ਹਾਂਜੀ ਉਹ ਮੈਂ ਕੱਢ ਕੇ ਪਊਆ ਦਿੱਤਾ ਮੈਨੂੰ ਕਹਿੰਦਾ ਕਿੰਨੇ ਪੈਸੇ ਮੈਂ ਕਿਹਾ ਪੁੱਤ ਮੈਂ ਕਿਹੜਾ ਪੰਪ ਲਾਇਆ ਮੈਂ ਵੇਚਦਾ ਮੈਂ ਤਾਂ ਤੁਹਾਨੂੰ ਰੱਬ ਤਰਸੀ ਕਰਕੇ ਦਿੱਤਾ ਮੈਂ ਵੀ ਗਰੀਬ ਬੰਦਾ ਜਿੰਨੇ ਕੁ ਪੈਸੇ ਇਹਦੇ ਬਣਦੇ ਉਹਨੇ ਕਿਤੇ ਉਹ ਮੈਨੂੰ ਕਹਿੰਦਾ ਤਾਂ ਨਹੀਂ ਦੱਸ ਉਹ ਮੈਂ ਕਿਹਾ ਮੈਂ ਇਹਦਾ ਦੱਸਾਂ ਕੀ ਮੈਂ ਉਹ ਦਿਨ ਤੋਂ ਉਹੀ ਬੰਦ ਕਰਤਾ ਮੈਂ ਕਿਹਾ ਦੱਸ ਹੁਣ ਕੀ ਦੱਸਦੇ ਜੇ ਵੱਧ ਕੇ ਬੈਠੇ ਤਾਂ ਵੀ ਛਾਪਾ ਫਿਰ ਕਹਿੰਦਾ ਵੀ ਇਹ ਬਲੈਕ ਕਰਨ ਦਾ ਮਾਰੇ ਬੰਦਾ ਕੀਤੀ ਮੈਂ ਰੱਬ ਤਰਸੀ ਆ ਵੀ ਜੇ ਤੁਸੀਂ 30 ਦਾ ਜੇ 50 ਦੇ ਜੋਗੇ ਤਾਂ ਕੀ ਜੇ 40 ਦੇ ਜੋਗੇ ਤਾਂ ਕੀ 30 ਦੇ ਜੋਗੇ ਤਾਂ ਕੀ ਜਿੰਨਾ ਕਿ ਤੁਹਾਨੂੰ ਪਤਾ ਤੁਸੀਂ ਵੀ ਨਿੱਤ ਪਾਉਣੇ ਆ ਇਸੇ ਮਾਰਾ ਮੇਰਾ ਰੱਖਿਆ ਵੀ ਘਰੇ ਪਹੁੰਚ ਜਾ ਮੁੜ ਕੇ ਕੋਈ ਨੀ ਹੱਲ ਕਰ ਲੈ ਹੁਣ ਇਹ ਸਪੈਸ਼ਲ ਮੈਂ ਇਹਨੂੰ ਸਾਰਾ ਨੀ ਪਾਉਣਾ ਇਹਦੇ ਚ ਉਹਨਾਂ ਉਹਨਾਂ ਪਾਉਣਾ ਜਿੰਨਾ ਜਿੰਨਾ ਬਸ ਮੁੱਕੀ ਜਾਵੇ ਮੈਨੂੰ ਪਤਾ ਲੱਗਦਾ ਰਹੇ ਬਸ ਅਮਲੀ ਦਾ ਅਮਲ ਨਾ ਟੁੱਟੇ ਅਮਲ ਨਾ ਟੁੱਟੇ ਤੇ ਪਤਾ ਲੱਗਦਾ ਰਹੇ ਜਿਹਦਾ ਭੱਠੇ 'ਚ ਕੋਲੇ ਪਾਉਂਦੇ ਹੁੰਦੇ ਹਾਂ ਤੇ ਨਹੀਂ ਮੁੜ ਕੇ ਮੈਨੂੰ ਰੇੜਾ ਲੈ ਜਾਣਾ ਔਖਾ ਹੋ ਜੂ ਫਿਰ ਖਿੱਚ ਕੇ ਨਹੀਂ ਬਹੁਤ ਵਧੀਆ ਜਦੋਂ ਤੁਸੀਂ ਬਚਪਨ ਦੇ ਵਿੱਚ ਪਸ਼ੂ ਚਾਰਦੇ ਸੀ ਹਾਂਜੀ ਤੁਹਾਡੀ ਕੀ ਉਮਰ ਉਸ ਵੇਲੇ ਹੋਊਗੀ ਮੇਰੀ ਕੋਈ 15 ਸਾਲਾਂ ਦੀ 16 ਸਾਲਾਂ ਦੀ ਸੀ ਮੈਨੂੰ ਪੜ੍ਹਾਈ ਨੇ ਨਾ ਇੱਥੇ ਗੋਲੀ ਚੱਲ ਗਈ ਆਪਣੀ ਅੱਛਾ ਜੀ ਮੋਗੇ ਦੇ ਵਿੱਚ ਮੈਂ ਇਕੱਲਾ ਹੀ ਸੀ ਦੋ ਮੇਰੀਆਂ ਭੈਣਾਂ ਸੀ ਵੱਡੀ ਇਕੱਲਾ ਸੀ ਉਹ ਬਜ਼ੁਰਗ ਸੀ ਉਹਨੂੰ ਐਂ ਹੋ ਗਿਆ ਵੀ ਪੁਲਿਸ ਵਾਲੇ ਬੰਦੇ ਪਾੜਿਆਂ ਨੂੰ ਮਾਰੀ ਜਾਂਦੀ ਹੈ ਉਹਨੇ ਮੈਨੂੰ ਸਕੂਲ ਹੀ ਨਹੀਂ ਜਾਣ ਦਿੱਤਾ ਮੁੜ ਕੇ ਵੀ ਪਾੜਿਆਂ ਨੂੰ ਮਾਰੀ ਜਾਂਦੀ ਹੈ ਇੱਥੇ ਬਹੁਤ ਮੈਂ ਘਾਟ ਖਾਧੀ ਹੈ ਮੈਂ ਸ਼ਹਿਰ ਦਾ ਡੱਕੇ ਡੱਕੇ ਰੱਤੀ ਰੱਤੀ ਦਾ ਭਰ ਮੈਂ ਸਾਰੀ ਉਮਰ ਮੋਗੇ ਹੀ ਰਿਹਾ ਹਰ ਇੱਕ ਦੁਕਾਨ ਦਾ ਹਰ ਇੱਕ ਮੈਨੂੰ ਭਾਅ ਦਾ ਵਗੈਰੇ ਦਾ ਪਤਾ ਵੀ ਹੁਣ ਜਿਵੇਂ ਤੁਹਾਨੂੰ ਨੌਲੇਜ ਹੈ ਮੈਨੂੰ ਨੌਲੇਜ ਹੈ ਵੀ ਇਹਨੇ ਕੀ ਰੇਟ ਪੇਂਡੂ ਤੋਂ ਮੰਗਣਾ ਕੀ ਰੇਟ ਸ਼ਹਿਰ ਕਿਤੋਂ ਮੰਗਣਾ ਆਪਾਂ ਨੂੰ ਰੇਟ ਜਸਕਾ ਪੇਂਡੂ ਨੂੰ ਵੱਧ ਦੱਸਦੇ ਉੱਥੇ ਕਾਮਨ ਸੈਂਸ ਜਿਸ ਬੰਦੇ ਨੂੰ ਉਹ ਹਿਸਾਬ ਲਾ ਲੈਂਦਾ ਜਿਹਨੂੰ ਇਸ ਚੀਜ਼ ਦੀ ਸਮਝ ਆ ਗਈ ਪੜ੍ਹਾਈ ਨੂੰ ਰਹਿ ਗਿਆ ਜਿਹੜਾ ਰਮਜ ਪਛਾਣ ਲੈਂਦਾ ਨਾ ਬੰਦਾ ਇਹ ਵੀ ਪੜ੍ਹਾਈ ਆ ਰਮਜ ਪਛਾਣਨੀ ਜਦੋਂ ਫਿਰ ਤੁਸੀਂ ਪਸ਼ੂ ਚਾਰਦੇ ਸੀਗੇ ਤਾਂ ਤੁਸੀਂ ਕਿੰਨੇ ਕਿਲੋਮੀਟਰ ਰੋਜ਼ ਤੁਰ ਜਾਂਦੇ ਹੋਵੋਗੇ ਜੀ ਹੁਣ ਮੀਟਰ ਦਾ ਤੇ ਅਸੀਂ ਆਪਣੇ ਦਾਲੇ ਦਾਲੇ ਦਾ ਤੁਹਾਨੂੰ ਦੱਸਿਆ ਵੀ 4 ਸਪਰੇ ਆਪਣੀ ਹੱਥ ਛੱਡੀ ਨਹੀਂ ਪਰ ਤੁਸੀਂ 6 ਕਿਲੋਮੀਟਰ ਦੇ ਅੰਦਰ ਆਪਣਾ ਏਰੀਆ ਏਰੀਆ ਨਹੀਂ ਤੁਸੀਂ ਤੁਰੀ ਜਾਂਦੇ ਸੀ ਸ਼ਾਮ ਤੱਕ ਬਸ ਇੱਧਰੋਂ ਪਹੂ ਨੂੰ ਲੈ ਕੇ ਇੱਧਰ ਨੂੰ ਉੱਥੋਂ ਨਹਿਰ 'ਤੇ ਆ ਗਏ ਆ ਨਹਿਰ ਆਪਣੇ ਨਾਲ ਆਉਂਦੀ ਆ ਉੱਥੇ ਲਿਜਾ ਕੇ ਬਹਾਲੀਆਂ ਨਹਿਰ 'ਤੇ ਚਲੇ ਗਏ ਨਹਾਉਣ ਨਹੁਣ ਲੱਗ ਗਏ ਤੁਹਾਨੂੰ ਫਿਰ ਦਾ ਮਤਲਬ ਫਿਰ ਤੁਹਾਨੂੰ ਤੈਰਨਾ ਵੀ ਆਉਂਦਾ ਆ ਪੂਰਾ ਜੀ ਪੂਰਾ ਦੱਸੋ ਪੂਰਾ ਤੈਰਨਾ ਵੀ ਆਉਂਦਾ ਆ ਮੈਂ ਤਾਂ ਤਰਾਈ ਨਹੀਂ ਆ ਜੀ ਹਾਂ ਮੈਂ ਤਾਂ ਲਾਤੀ ਨਹੀਂ ਮਾਰਦਾ ਉਹ ਬੱਲੇ ਐਂ ਬਸ ਹੱਥਾਂ ਦੇ ਨਾਲ ਹੀ ਐਂ ਕਰੀ ਪਰ ਸਿੱਖੇ ਹੋਣਾ ਚਾਹੀਆਂ ਬਸ ਉੱਥੋਂ ਹੀ ਬਸ ਹੌਲੀ ਹੌਲੀ ਮਾਰ ਪਰ ਤੁਸੀਂ ਇਹ ਦੇਖ ਲਓ ਹੁਣ ਜਿਸ ਵੇਲੇ ਹਲ ਵਾਹੁੰਦੇ ਸੀ ਹਾਂਜੀ ਤੇ ਸਾਨੂੰ ਮੈਂ ਪ੍ਰਾਇਮਰੀ ਸਕੂਲ 'ਚ ਹੱਲੇ ਪੜ੍ਹਦਾ ਸੀਗਾ ਅਤੇ ਜਦੋਂ ਸਾਡੇ ਨਾ ਪਾਪਾ ਜੀ ਹੋਰੀ ਹਲ ਵਾਹੁਣਾ ਅਤੇ ਸਾਨੂੰ ਪਿੱਛੇ ਨਾ ਉਹਨਾਂ ਨੇ ਬੀਜ ਕੇਰਨ ਲਾਇਓ ਹੋਣਾ
ਇਦਾਂ ਮੱਕੀ ਦੇ ਵੇਲਾ ਵੇਲਾ ਛੱਡਣਾ ਜਾਂ ਕਈ ਵਾਰੀ ਨਾਲ ਖਾਦ ਵੀ ਪਾਣੀ ਪੈਂਦੀ ਸੀ ਤੇ ਇੱਕ ਕਿੱਲਾ ਜਿਸ ਵੇਲੇ ਤੁਸੀਂ ਇੱਕ ਏਕੜ ਬਾਹਨੇ ਆ ਇੱਦਾਂ ਆ ਕੇ ਤੁਸੀਂ ਦੇਖੋ ਕਿ ਉਹਨੂੰ ਇੱਕ ਇੱਕ ਹਲਾਈ ਆਉਣੀ ਆ ਕਿੰਨੇ ਕਿਲੋਮੀਟਰ ਹੋ ਜਾਊਗਾ ਕੋਈ ਹਿਸਾਬ ਹੀ ਨਹੀਂ ਹੈ ਕੋਈ ਅੰਤੀ ਨਹੀਂ ਕੋਈ ਅੰਤੀ ਨਹੀਂ ਹੱਥ ਨੂੰ ਕਿੰਨੇ ਕਿਲੋਮੀਟਰ ਹੋ ਜਾ ਤੇ ਅਸੀਂ ਨਿਆਣਿਆਂ ਨੇ ਵੀ ਉਨਾ ਹੀ ਤੁਰਨਾ ਤੇ ਤੁਸੀਂ ਦੇਖੋ ਕਿ ਸਿਹਤ ਹੁਣ ਮੈਨੂੰ ਕਹਿ ਦਿੰਦੇ ਆ ਭਾਜੀ ਥੱਕ ਤੇ ਨਹੀਂ ਗਿਆ ਜਦ ਮੈਂ 2.5-3 ਘੰਟੇ ਗਾ ਦਿੰਦਾ ਮੈਂ ਨਾ ਇੱਕ ਵਾਰੀ ਟਰੈਕਟਰ ਤੇ ਬਾਹਵਾਂ ਖੇਤ ਤੇ ਉਹ ਖੇਤ ਸੀਗਾ ਜਿੱਦਾਂ ਮੱਕੀ ਵੱਢੀ ਹੋ ਸੀਗੀ ਤੇ ਜਿੱਦਾਂ ਮੱਕੀਆਂ ਨੂੰ ਸੀਡ ਦੇ ਆ ਉਹਦੇ ਵਿੱਚ ਫਿਰ ਹਲਾਈਆਂ ਰਹਿ ਜਾਂਦੀਆਂ ਉਹ ਤੱਕਦਾ ਟਰੈਕਟਰ ਇੱਦਾਂ ਤੇ ਜਦੋਂ ਮੈਂ ਉਹਦੇ 'ਚ ਜਾਵਾਂ ਤੇ ਮੇਰਾ ਨਾ ਢਿੱਡ ਲੱਪਿਆ ਦੁੱਖਣ ਤੇ ਮੈਂ ਟਰੈਕਟਰ ਖੜਾ ਕੀਤਾ ਮੈਂ ਪਾਪਾ ਜੀ ਨੂੰ ਕਿਹਾ ਮੈਂ ਕਿਹਾ ਛੋਟਾ ਹੀ ਹੋਣਾ ਮੈਂ ਕਿਹਾ ਪਾਪਾ ਜੀ ਢਿੱਡ ਦੁੱਖਦਾ ਉਹਨਾਂ ਨੇ ਨਹੀਂ ਕਿਹਾ ਉੱਤਰ ਜਾ ਮੋਢੇ ਤੋਂ ਪਰਨਾ ਲਾਇਆ ਕਹਿੰਦੇ ਆਹ ਲਾਫਾ ਢਿੱਡ ਤੇ ਬੰਨ ਲੈ ਇਹ ਲਾਪਾ ਬਾਣ ਮੈਂ ਕਿਹਾ ਮੈਨੂੰ ਤੁਸੀਂ ਕੀ ਥਕਾਓਗੇ ਹੁਣ ਕੀ ਮੈਂ ਥੱਕਣਾ ਹਨਾ ਜਿਹਨਾਂ ਨੇ ਉਹ ਕੰਮ ਕਰ ਲਿਆ ਜਿਹਨਾਂ ਨੇ ਤੁਹਾਡੀ ਦੀ ਜੁੱਤੀ ਪਾ ਕੇ ਹਲ ਵਾਹ ਲਿਆ ਤੇ ਵਿਦੇਸ਼ੀ ਬੂਟਾਂ ਨੇ ਉਹਨਾਂ ਦੇ ਪੈਰ ਕੀ ਵੱਢਣੇ ਸਾਡੇ ਦਾ ਜੀ ਹੁਣ ਵੀ ਪਾਈ ਤੁਹਾਡੀ ਦੀ ਆ ਵੇਖ ਆ ਦੇਖੋ ਤੁਹਾਡੀ ਦੀ ਜੁੱਤੀ ਇਹਨੂੰ ਤੁਹਾਡੀ ਦੀ ਜੁੱਤੀ ਕਹਿੰਦੇ ਆ ਸੰਦੇਸ਼ ਦਿਖਾਓ ਤਾਂ ਆ ਵੇਖੋ ਛੱਡੋ ਤੁਸੀਂ ਹੱਥ ਸਾਨੂੰ ਕੋਈ ਨਹੀਂ ਇਹਨੂੰ ਤੁਹਾਡੀ ਦੀ ਜੁੱਤੀ ਕਹਿੰਦੇ ਆ ਮੈਂ ਤੁਹਾਡੀ ਦੀ ਜੁੱਤੀ ਹੁਣ ਵੀ ਪਾਈ ਸਾਡੀ ਪੰਜਾਬੀ ਜੁੱਤੀ ਆ ਤੇ ਇਹ ਜੁੱਤੀ ਇਸ ਤਰ੍ਹਾਂ ਦੀ ਹੁੰਦੀ ਆ ਕਿ ਇੰਨੀ ਇਹਨੂੰ ਟਾਈਟ ਬਣਾ ਕੇ ਪਾਉਂਦੇ ਆ ਕਿ ਜੇ ਕੰਡਾ ਨਹੀਂ ਵੱਜਦਾ ਕੰਡਾ ਨਹੀਂ ਵੱਜਦਾ ਜੇ ਰੇਤੇ 'ਚ ਹੀ ਲੰਘ ਜਾਓ ਤਾਂ ਰੇਤਾ ਪੈਰ 'ਚ ਨਾ ਪਵੇ ਹਾਂਜੀ ਤੇ ਜਿਹੜੇ ਬੰਦੇ ਨੇ ਇਹ ਜੁੱਤੀ ਪਾ ਕੇ ਕੰਮ ਕਰ ਲਿਆ ਤੇ ਉਹ ਵਿਦੇਸ਼ੀ ਬੂਟਾਂ ਨੇ ਜਰਾਬਾਂ ਪਾਈਆਂ ਤੇ ਉਹਨੂੰ ਕੀ ਕਰਨਾ ਕੱਲ ਮੈਂ ਇੱਕ ਨਾ ਆਰਮੀ ਦੇ ਆਫੀਸਰ ਨਾਲ ਗੱਲ ਕਰਦਾ ਸੀ ਅੱਛਾ ਤੇ ਉਹ ਆਪਣੀਆਂ ਕਹਾਣੀਆਂ ਲੱਭੇ ਸੁਣਾਉਣ ਡਾਕਟਰ ਸੀਗੇ ਉਹ ਆਰਮੀ 'ਚ ਹਾਂਜੀ ਤੇ ਫਿਰ ਉਹ ਕਹਿੰਦੇ ਕਿ ਜਦੋਂ ਅਸੀਂ ਆਰਮੀ ਦੇ ਵਿੱਚ ਸਾਡੀ ਟ੍ਰੇਨਿੰਗ ਹੁੰਦੀ ਆ ਚਾਹੇ ਮੈਂ ਡਾਕਟਰ ਹਾਂ ਚਾਹੇ ਮੈਂ ਨਰਸ ਹਾਂ ਚਾਹੇ ਮੇਰਾ ਕੋਈ ਹੋਰ ਕਸਬ ਆ ਉਹਦੇ 'ਚ ਮੈਂ ਕੰਮ ਕਰਨਾ ਪਰ ਮੇਰੀ ਟ੍ਰੇਨਿੰਗ ਮੈਨੂੰ ਕਰਨੀ ਪੈਣੀ ਹੈ ਤੇ ਕਹਿੰਦੇ ਸਾਨੂੰ ਹੋਰ ਚੀਜ਼ਾਂ ਦੇ ਵਿੱਚ ਪਕਿਆਈ ਬਹੁਤ ਹੋ ਜਾਂਦੀ ਹੈ ਪਰ ਜੇ ਸਾਡੇ ਸ਼ੂ ਲਾ ਦਿਓ ਜੇ ਸਾਡੀ ਜੁੱਤੀ ਲਾ ਦਿਓ ਕਹਿੰਦੇ ਅਸੀਂ ਨਿਹੱਥੇ ਹਾਂ ਸਾਡੇ ਪੈਰ ਹੀ ਪੋਲੇ ਆ ਪੈਰ ਸਾਡੇ ਇੰਨੇ ਪੋਲੇ ਆ ਜੇ ਸਾਨੂੰ ਜੁੱਤੀ ਲਾ ਕੇ ਨੱਠਣਾ ਪੈ ਗਿਆ ਅਸੀਂ ਇੱਕ ਗਜ਼ ਵੀ ਨਹੀਂ ਨੱਠ ਸਕਦੇ ਮੈਂ ਕਿਹਾ ਮੈਂ ਇਹ ਗੱਲ ਨਹੀਂ ਸੋਚੀ ਹੁਣ ਜਿਸ ਵੇਲੇ ਗੁਆਰਿਆਂ ਦੇ ਵੱਢ ਹੁੰਦੇ ਬਾਜਰੇ ਵੱਢੇ ਹੁੰਦੇ ਆ ਉਹਨਾਂ 'ਚ ਮੱਝਾਂ ਚਾਰਦੇ ਸੀਗੇ ਤੇ ਉਹਦੇ ਵਿੱਚ ਕਈ ਵਾਰੀ ਜੁੱਤੀ ਵੀ ਨਾ ਪਾਈ ਹੋਣੀ ਉੱਦਾਂ ਹੀ ਉਹਦੇ 'ਤੇ ਖੜ ਜਾਣਾ ਲੰਘ ਜਾਂਦੇ ਸੀ ਪਰ ਹੁਣ ਮੈਂ ਜਿਸ ਵੇਲੇ ਤੁਰਦਾ ਕਿਤੇ ਵੱਡੀ ਵੀ ਆ ਤਾਂ ਉਹ ਚੁੱਭਦੀ ਆ ਕਿ ਕੋਈ ਬਿਮਾਰੀ ਨਹੀਂ ਕੋਈ ਨਸ਼ਾ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਆਪਾਂ ਵਰਤਦੇ ਨਹੀਂ ਤੁਹਾਨੂੰ ਦੱਸਿਆ ਨਾ ਬੀੜਾ ਸਰਕਟ ਦਾ ਮੈਂ ਕਿਹਾ ਮੁੱਢ ਤੋਂ ਨਹੀਂ ਮੈਂ ਇਹ ਬਹੁਤ ਵਧੀਆ ਗੱਲ ਹੈ 20 ਸਾਲ ਮੈਂ ਭੱਠੀ ਬੰਦ ਨਹੀਂ ਕੀਤੀ ਹਰ ਐਤਵਾਰ ਮੈਂ ਰੇੜਾ ਵਾਉਂਦਾ ਸੀ ਸਮਾਨ ਮੈਂ ਲੈ ਕੇ ਆਉਂਦਾ ਸੀ ਪਿੰਡੋਂ ਮੈਂ 20 ਕਿਲੋ ਗੁੜ ਕੱਢਣੇ ਤੇ ਇੱਕ ਦਿਨ 'ਚ ਫਿਰ ਤੁਸੀਂ ਕਿੰਨੀ ਸ਼ਰਾਬ ਕੱਢ ਸਕਦੇ ਹੋ ਕੱਢਣ ਉਹਦਾ ਜੇ ਬਣਿਆ ਹੋਵੇ ਮਾਰ ਜਿੰਨੀ ਮਰਜ਼ੀ ਕਰ ਲੋ ਡਰਮ ਕਰ ਸਕਦੇ ਆ ਤਾਂ ਬਣੇ ਤੇ 8 ਦਿਨ ਹੀ ਬਣਨਾ ਜਾ ਕੇ ਮਾਰ ਤੇਰੇ ਮਗਰੋਂ ਕਿਸੇ ਨਾ ਕੱਢੀ ਗੁੜ 'ਚੋਂ ਕਦੇ ਸ਼ਰਾਬ ਪੰਜਾਬੀ ਸ਼ੇਰਾ ਸਾਦਾ ਹੈ ਤੈਨੂੰ ਮੈਂ ਬਹੁਤ ਪੀਤੀ ਜੀ ਹਾਂਜੀ ਉਹਦੇ ਵਿੱਚ ਫੇ ਉਹਦੀ ਰੈਸਪੀ ਜਿਹੜਾ ਉਹਦਾ ਉਹਦੇ 'ਚ ਜਿਹੜੀ ਸਮੱਗਰੀ ਪੈਣੀ ਆ ਉਹ ਵੀ ਆਪਣੀ ਆਪਣੀ ਹਰੇਕ ਦੀ ਵੱਖਰੀ ਆ ਸੋ ਸਵਾਦ ਬਣਾ ਜਿਹੇ ਜਾਂ ਆਪਾਂ ਵਰਤਣੀ ਉਹੋ ਜੀ ਪੀਣੀ ਤੁਸੀਂ ਉਹਦੇ 'ਚ ਕਿਹੜੀ ਕਿਹੜੀ ਚੀਜ਼ ਪਾਉਂਦੇ ਮੈਂ ਪਾਉਂਦਾ ਸੀ 20 ਕਿਲੋ ਗੁੜ 'ਚੋਂ 5 ਕਿਲੋ ਮੁਰੱਬਾ ਮੁਰੱਬਾ ਬਣਿਆ ਹੁੰਦਾ ਮੁਰੱਬਾ ਕੱਢ ਕੇ ਉਹ ਜਿਹੜੇ ਸਿਉ ਹੋਇਆ ਔਲਿਆਂ ਦਾ ਪਾਇਆ ਹੋਇਆ ਉਹ ਉਹਨਾਂ ਨੇ ਕੱਢ ਲਿਆ ਉਹਨਾਂ ਦਾ ਰਸ ਪਿਆ ਉਹ ਰਸ 5 ਲੀਟਰ ਦੀ ਕੈਨੀ ਭਰਾ ਲਿਆ ਕੈਨੀ ਭਰਾ ਲਿਆ ਤੇ 5 ਲੀਟਰ 5 ਕਿਲੋ ਉਹਦੇ 'ਚ ਸਾਰੇ ਹੈਲਥ ਕੌਂਸ਼ੀਅਸ ਜਿਹੜੇ ਲੋਕ ਆ ਉਹਨੂੰ ਫਿਰ ਸੇਬ ਵਿੱਚੋਂ ਕੱਢ ਲੈਂਦੇ ਆ ਔਰ ਜਿਹੜਾ ਪਾਣੀ 'ਚ ਸਵਾਦ ਆ ਜਾਂਦਾ ਉਹੀ ਐਪਲ ਸਾਈਡਰ ਆ ਸੋ ਜਿਹੜਾ ਇਹ ਵੀ ਮੁਰੱਬਾ ਹੋ ਗਿਆ ਐਪਲ ਸਾਈਡਰ ਇਹਦਾ ਮਤਲਬ ਇਹਨਾਂ ਨੇ ਉਸ ਗੁੜ 'ਚ ਪਾ ਦਿੱਤਾ ਅੱਛਾ ਫਿਰ ਉਹ ਤੋਂ ਬਾਅਦ ਦੇ ਵਿੱਚ ਗੁੜ ਪਾਉਣਾ ਤੀਜਾ ਸਾ ਗੁੜ ਪਾ ਦੇਣਾ 20 ਕਿਲੋ ਗੁੜ ਹੋ ਗਿਆ 5 ਕਿਲੋ ਐਪਲ ਸਾਈਡਰ ਰੱਖ ਲਓ ਜਾਂ ਜਿਹੜਾ ਸ਼ੇਬਾਂ ਦਾ ਮੁਰੱਬੇ ਦਾ ਪਾਣੀ ਬਚਿਆ ਹੈ ਰਸ ਕਜੋ ਦਾ ਰਸ ਕਹਿ ਲਓ ਰਸ ਪਾ ਦੇਣਾ ਤੇ ਫਿਰ ਉਹ ਗੁੜ ਪਾ ਦੇਣਾ ਵਧੀਆ ਘਟਿਆ ਗੁੜ ਪਾ ਦੇਣਾ ਜਿੰਨਾ ਖੰਡ ਮਿਲ ਗਈ ਖੰਡ ਪਾ ਦੇਣੀ ਹੈ ਗੁੜ ਪਾ ਦੇਣਾ ਵਧੀਆ ਘਟਿਆ ਜੇ ਆਪਾਂ ਨੂੰ 8 ਕਿਲੋ ਖੰਡ ਮਿਲ ਗਈ 13 ਬਣ ਗਿਆ 8 ਤੇ 5 13 ਹੋ ਗਿਆ ਤੇ 7 ਕਿਲੋ ਗੁੜ ਪਾ ਦੇਣਾ ਹਾਂਜੀ ਉਹ ਵਧੀਆ ਘਟਿਆ ਗੁੜ ਪਾ ਦੇਣਾ ਖੰਡ ਪਾਉਣੀ ਨਾਲ ਪਰ ਉਹ ਤਿੰਨਾਂ ਚੀਜ਼ਾਂ ਨੇ ਮਿਲਾ ਕੇ ਫਿਰ ਪੰਸਾਰੀਆਂ ਤੋਂ ਮਸਾਲਾ ਫਿਰ ਮਸਾਲੇ 'ਚ ਕਿਹੜੀ ਕਿਹੜੀ ਚੀਜ਼ ਆਉਂਦੀ ਆ ਉਹ ਜੀ ਮੈਨੂੰ ਇਹਨਾਂ ਯਾਦ ਨਹੀਂ ਉਹਨਾਂ ਨੂੰ ਜਾ ਕੇ ਕਹਿ ਦੇਣਾ ਵੀ 20 ਕਿਲੋ ਦਾ ਸਮਾਨ ਦੇ ਦਿਓ ਬਸ ਹਾਂ
ਬਸ ਉਹਨਾਂ ਨੇ ਆਪਾਂ ਲਿਸਟ ਆ ਵੀ ਉਹ ਦੇ ਦੇਣਾ ਉਹਨਾਂ ਨੂੰ ਪਤਾ ਉਹਨਾਂ ਦੇ ਜਨਨ ਦਾ ਕੰਮ ਹੈ ਉਹ ਜਿਵੇਂ ਆਪਾਂ ਆਮ ਆਪਾਂ ਘਰਾਂ 'ਚ ਪੰਜੀਰੀ ਬਣਾਉਂਦੇ ਆਪਾਂ ਪੰਜੀਰੀ ਦਾ ਕਹਿ ਦਿੰਦੇ ਸਮਾਨ ਦੇ ਉਹਦੇ ਵਿੱਚ ਉਹਨਾਂ ਨੇ ਸਾਰਾ ਕੁਛ ਪਾ ਦੇਣਾ ਇਸੇ ਤਰ੍ਹਾਂ ਉਹ ਪਾ ਦਿੰਦੇ ਆ ਫਿਰ ਉਹਦੀ ਵਾਹਨਾ ਹੁੰਦੀ ਆ ਲੈਚਿੰਗਾਂ ਹੁੰਦੀਆਂ ਉਹ ਤੇ ਛੋਟੀਆਂ ਸਾਰਾ ਕੁਛ ਹੀ ਹੁੰਦਾ ਜੀ ਬਹੁਤ ਚੀਜ਼ਾਂ ਹੁੰਦੀਆਂ ਲੌਂਗ ਨਹੀਂ ਤੇ ਲੌਂਗ ਨਹੀਂ ਹੁਣ ਅੱਛਾ ਹੁਣ ਲੌਂਗ ਨਹੀਂ ਬਹੁਤ ਚੀਜ਼ਾਂ ਹੁੰਦੀਆਂ ਫਿਰ ਉਹ ਜਿਹੜੀ ਦਾਲ ਵੀ ਹੁੰਦੇ ਆ ਜਿਹਦਾ ਬਦਾਮ ਨਹੀਂ ਨਹੀਂ ਸਿਰਫ ਸਮਾਂ ਜਾਂ ਸਿਰਫ ਖੁਸ਼ਬੂ ਵਾਲੀਆਂ ਚੀਜ਼ਾਂ ਮੈਂ ਕਹਾਂ ਮੂੰਹ ਤੋਂ ਜਿੱਦਾਂ ਸੌਂਫ ਹੋ ਗਈ ਲੈਚੀ ਹੋ ਗਈ ਇਸ ਮੜਕ ਜਾਨੀ ਕਿ ਕੋਈ ਵੀ ਜੋ ਖੁਸ਼ਬੂ ਆਉਂਦੀ ਹੈ ਹਾਂ ਖੁਸ਼ਬੂ ਬਹੁਤ ਜ਼ਿਆਦਾ ਬੰਦਾ ਬਿਮਾਰ ਕੀ ਹੋ ਜਾਂਦਾ ਅੱਜ ਤੱਕ ਮੈਂ ਬਿਮਾਰ ਨਹੀਂ ਸੀ ਹੋਇਆ ਪਰ ਮੇਰੇ ਹੁਣ ਨਾ ਆਹ ਹੁਣ ਕਿਉਂ ਮੈਂ ਅੱਜ ਤੱਕ ਦਾਖਲ ਨਹੀਂ ਸੀ ਹਸਪਤਾਲ 'ਚ ਹਾਂ ਹਜੇ ਤੱਕ ਨਹੀਂ ਹੋਇਆ ਅਜੇ ਵੀ ਬਚ ਗਿਆ ਮੇਰੇ ਆਹ ਨਾੜ ਬਲੌਕ ਹੋ ਗਈ ਸੀ ਡਿੱਗ ਪਿਆ ਸੀ ਮੈਂ ਉਹ ਅੱਛਾ ਡਿੱਗ ਕੇ ਤਾਂ ਫਿਰ ਹੋ ਨਾੜ ਬਲੌਕ ਹੋ ਤੇ ਜਾਨੀ ਹਸਪਤਾਲ ਜਾਣਾ ਪੈ ਗਿਆ ਫਿਰ ਵੀ ਉੱਥੇ ਲੋਕਡਾਊਨ ਸੀ ਉਸ ਦਿਨ ਮੈਂ ਉੱਥੇ ਸੀ ਫਰੀਦਕੋਟ ਤੜਕੇ ਨੂੰ ਉਹਨਾਂ ਨੇ ਫਿਰ ਕਹਿੰਦੇ ਵੀ ਚਲਾ ਜਾ ਹੁਣ ਤਾਂ ਦੁੱਖ ਹੈ ਨਹੀਂ ਸੀਗਾ ਲੱਤ 'ਚ ਪੀੜੀ ਲਿਖ ਅੱਜ ਤੱਕ ਮਹਾਰਾਜ ਦੀ ਕਿਰਪਾ ਨਾਲ ਮੈਂ ਦਾਖਲ ਬਹੁਤ ਵਧੀਆ ਹੁਣ ਤੁਹਾਨੂੰ ਉੱਦਾਂ ਕੋਈ ਦੁੱਖ ਦਾ ਥੋੜ੍ਹਾ ਕੋਈ ਚੀਜ਼ ਬਸ ਤੁਸੀਂ ਆਪਣਾ ਖਿਆਲ ਰੱਖਿਆ ਕਰੋ ਕਿਉਂਕਿ ਤੁਹਾਡਾ ਇੱਦਾਂ ਆ ਇਹ ਜਿਹੜਾ ਬੰਦਾ ਕੁਦਰਤ ਨੂੰ ਦੇਖਦਾ ਨਾ ਹੁਣ ਮੇਰਾ ਕੰਮ ਤਾਂ ਹੈਗਾ ਆ ਜਾ ਕੇ ਮਸ਼ਹੂਰੀ ਕਰਕੇ ਵੀ ਰੱਖ ਲਓ ਲੋਕਾਂ ਨੂੰ ਮਿਲਣਾ ਗਿਣਨਾ ਪਰ ਜਿਸ ਵੇਲੇ ਮੈਂ ਖੇਤਾਂ 'ਚ ਆ ਕੇ ਖੜ੍ਹ ਜਾਂਦਾ ਫਿਰ ਮੈਂ ਉਹ ਆਪਣੇ ਕਿਸਾਨ ਵਾਲੇ ਰੂਪ 'ਚ ਆ ਜਾਂਦਾ ਜਿਹੜਾ ਮੈਂ ਬਚਪਨ 'ਚ ਹੰਢਾਇਆ ਉਹਨਾਂ ਦਿਨ ਮੈਂ ਫਿਰ ਉਸ ਰੂਪ 'ਚ ਹੀ ਦੇਖਦਾ ਇਹਨਾਂ ਨੂੰ ਫਿਰ ਮੈਂ ਕਮਲ ਹੀਰ ਬਣ ਕੇ ਨਹੀਂ ਦੇਖਦਾ ਇਹਨੂੰ ਮੈਂ ਨਾ ਇਹਦਾ ਆਨੰਦ ਮਾਣਦਾ ਹਾਂ ਇਹ ਕਮਲ ਹੀਰ ਹਾਂਜੀ ਆਹ ਜਿਹੜੇ ਦਰਖਤ ਲਾਏ ਮੈਂ ਆਪਦੀ ਮਰਜ਼ੀ ਨਾਲ ਲਾਏ ਬਹੁਤ ਸੋਹਣੇ ਆ ਮੈਂ ਦੇਖਦਾ ਸੀ ਆਹ ਉਹਨਾਂ ਨੇ ਕਿਹਾ ਚੱਲ ਕੇ ਮਗਰਲੇ ਪਾਸੇ ਵੇਖੋ ਕਿੰਨੇ ਲਾਏ ਆ ਜਿੰਨੀਆਂ ਡੇਕਾਂ ਲੱਗੀਆਂ ਮੈਂ ਪਾਸਿਓਂ ਲਿਆ ਲਿਆ ਦੇਖੀਏ ਹਾਂ ਚਲੋ ਇਹ ਵੀਡੀਓ ਬਹੁਤ ਲੰਬੀ ਹੋ ਰਹੀ ਸੀ ਤੇ ਤੁਸੀਂ ਦੇਖਦਿਆਂ ਨੇ ਥੱਕ ਜਾਣਾ ਸੀ ਇਸ ਕਰਕੇ ਅਸੀਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਕੱਟ ਦਿੱਤਾ ਤੇ ਅਗਲਾ ਪਾਰਟ ਨੈਕਸਟ ਵੀਕ ਆਉਂਦਾ ਮਾਈ ਵੀਡੀਓ ਕੋਈ ਨਹੀਂ ਅਸੀਂ ਦੇਖਦੇ ਹਾਂ ਅੱਜ ਆ ਫਿਰ